ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਮੇਰੇ ਨਾਲ ਨੇ ਜਤਿੰਦਰ ਖੈਰਾ ਮੈਂ ਹਸਨਜੀਵ ਯਸ਼ ਖੰਨਾ ਸੋ ਖੈਰਾ ਸਾਹਿਬ ਤੁਹਾਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬ ਗਵਰਨਮੈਂਟ ਵੱਲੋਂ ਜੌਬਸ ਨਹੀਂ ਹੈਗੀਆਂ ਨੌਜਵਾਨ ਕੀ ਕਰਨ ਨੌਜਵਾਨ ਬਾਹਰ ਜਾ ਰਹੇ ਨੇ ਥੋੜੀਆਂ ਬਹੁਤ ਜੌਬਸ ਮਿਲਦੀਆਂ ਨੇ ਹੁਣ 27 ਜੌਬਸ ਵੀ ਦਿੱਤੀਆਂ ਸੀ ਜਿਹੜੀਆਂ ਤਰਸ ਦੇ ਆਧਾਰ ਤੇ ਕਿਹਾ ਜਾਂਦਾ ਹੈ ਸਿਹਤ ਵਿਭਾਗ ਦੇ ਵਿੱਚ ਸੋ ਇਸ ਤਰ੍ਹਾਂ ਦੀਆਂ ਕਈ ਮੁਹਿੰਮਾਂ ਚੱਲਦੀਆਂ ਪਈਆਂ पर एक नवे ਗੱਲ ਜਿਹਨੂੰ ਕਹਾਂਗੇ ਕਿ ਜੱਗੂ 13ਵੀਂ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰਸ ਨੇ ਆਪਣੇ ਫੇਸਬੁਕ ਅਕਾਊਂਟ ਤੇ ਇੱਕ WhatsApp ਨੰਬਰ ਜਾਰੀ ਕੀਤਾ ਹੈ ਕਿ ਜੋ ਲੋਕ ਸਾਡੇ ਗਰੁੱਪ ਦਾ ਮੈਂਬਰ ਬਣਨਾ ਚਾਹੁੰਦੇ ਨੇ ਉਹ ਇਸ ਨੰਬਰ ਦੇ ਉੱਤੇ ਸਾਨੂੰ ਆਪਣੀਆਂ ਡਿਟੇਲਸ ਭੇਜਣ ਮਤਲਬ ਭਰਤੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਆਨਲਾਈਨ ਆਪਣੇ ਗਰੁੱਪਸ ਦੇ ਵਿੱਚ ਗੈਂਗਸਟਰਸ ਨੇ ਸੋ ਇਹ ਵੀ ਨੌکریاں ਨਿਕਲੀਆਂ ਨੇ ਹਾਂ ਬੜੀ ਬੜੀ ਜਿਵੇਂ ਤੁਸੀਂ ਕਹਿਆ ਕਿ ਚੱਕੋ ਬੱਕਰੀ ਗੱਲ ਆ ਵਾਕਈ ਚੱਕੋ ਬੱਕਰੀ ਆ ਪਤਾ ਹੀ ਨਹੀਂ ਲੱਗਦਾ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਐਡੇ ਇਹਨਾਂ ਦੇ ਹੌਸਲੇ ਵੱਧ ਗਏ ਆ ਥੋੜੇ ਦਿਨ ਪਹਿਲਾਂ ਆਪਾਂ ਬੜੀਆਂ ਖਪਨਾ ਬਣਦੇ ਸੀ ਕਿਦਾਂ ਹੁਣ ਮੈਨੂੰ ਲੱਗਦਾ ਕਿ ਭੂਮਿਕਾ ਬਣਦੇ ਸੀਗੀ ਕਿ ਪੰਜਾਬ ਦੇ ਵਿੱਚ ਹਾਈ ਅਲਰਟ ਆ ਤੇ ਪੰਜਾਬ ਗੈਂਗਵਾਰ ਹੋ ਸਕਦੀ ਹੈ ਹੁਣ ਐਡਾ ਆਪਾਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਬੜੇ ਆਰਗੇਨਾਈਜ਼ਡ ਕ੍ਰਾਈਮ ਆ ਇਹ ਪੈਰਲਲ ਗਵਰਨਮੈਂਟ ਵਾਂਗੂ ਹੋ ਗਿਆ ਬੇਕਮਨਤ ਗਵਰਨਮੈਂਟ ਚੱਲਦੀ ਆ ਦੂਸਰੇ ਮਨੇ ਇਹਨਾਂ ਦਾ ਇੱਕਾ ਗਰੋਅ ਚੱਲਦਾ ਜਿਹੜਾ ਬੜੇ ਇਹ ਕਹੇ ਲਿਆ ਕਿ ਬੜੇ ਮਿਣੇ ਕਿਥੇ ਤਰੀਕੇ ਦੇ ਨਾਲ ਚੱਲਣ ਡਿਆ ਇੱਦੂ ਵੱਧ ਕੇ ਪੰਜਾਬ ਦਾ ਘਾੜ ਨਹੀਂ ਹੋ ਸਕਦਾ ਪੰਜਾਬ ਦੇ ਨਿਆਣਿਆਂ ਨੂੰ ਪੰਜਾਬ ਦੇ ਉਹਨਾਂ ਜਵਾਕਾਂ ਨੂੰ ਜਿਹੜੇ ਕਿ ਬਹੁਤ ਆਤ ਮੈਂ ਇਥੋਂ ਤੱਕ ਕਿ ਮੈਂ ਬੜਾ ਹੈਰਾਨ ਆ ਕਿਉਂਕਿ ਮੈਂ ਜਦੋਂ ਘਰ ਜਾਂਦਾ ਤਾਂ ਮੇਰਾ ਮੇਰਾ ਇੱਕ ਛੋਟਾ ਭਤੀਜਾ ਉਹ ਜਦੋਂ ਸਟੇਟਸ ਅੱਜ ਕੱਲ ਨਾ ਫੋਨ ਚਲਾ ਲੈਂਦਾ ਤੇ ਆਪਣੇ ਪਿਓ ਦੀ ਮੋਬਾਈਲ ਫੜ ਕੇ ਜਦੋਂ ਸਟੇਟਸ ਪਾਉਂਦਾ ਤੇ ਉਹ ਇਹੀ ਵਾਲੇ ਸਟੇਟਸ ਹੁੰਦੇ ਆ ਵੀ ਮੈਂ ਫਲਾਨਾ ਆ ਮੈਂ ਫਲਾਨਾ ਆ ਤੇ ਗੈਂਗਸਟਰ ਜਿਹੜੇ ਸਟੇਟਸ ਹੁੰਦੇ ਆ ਤੇ ਮੈਂ ਬੜਾ ਹੈਰਾਨ ਆ ਵੀ ਕਿੱਥੋਂ ਇੰਨਾ ਇੰਨਾ ਵਾਇਓਲੇਸ਼ਨ ਕਿੱਥੋਂ ਆ ਗਿਆ ਇਨ ਇਹ ਕਿੱਥੋਂ ਸ਼ੁਰੂ ਹੋ ਗਿਆ ਹੁਣ ਇਹ ਮੇਰੇ ਘਰ ਦੀ ਗੱਲ ਆ ਇਦਾਂ ਬੜੇ ਸਾਰੇ ਹੋਰ ਨੌਜਵਾਨ ਜਿਹੜੇ ਹੁਣੇ متاثر ਹੋਣੇ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਕਿਸੇ ਹੋਰ ਚੀਜ਼ ਦਾ ਤਾਂ ਪਤਾ ਨਾ ਹੋਵੇ ਸਿਰਫ ਤੇ ਸਿਰਫ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਵੀ ਲਾਰੈਂਸ ਬਿਸ਼ਨੋਈ ਕੌਣ ਆ ਜੱਗੂ ਭਗਵਾਨਪੁਰੀਆ ਕੌਣ ਆ ਬੰਬੀ ਹਾਕ ਐ ਕਿ ਗਾਂਹ ਕਿਹੜੀ ਆ ਸਾ ਆਪਣੇ ਇੱਥੇ ਲਾਗੇ ਮੁੰਡਾ ਸਿਗਾ ਉਹਦੇ ਬਾਰੇ ਪਤਾ ਹੋਣਾ ਮਤਲਬ ਇਹ ਕਹਿ ਲਓ ਕਿ ਹਰ ਗੈਂਗਸਟਰ ਦੇ ਉਤੋਂ ਰਹਿੰਦਾ ਖੁੰਦਾ ਗੈਂਗਸਟਰ ਨੂੰ ਪੈਟਰਨਾਈਜ਼ ਕਰ ਦਿੰਦੇ ਆ ਮੂਵੀਆਂ ਵਾਲੇ ਜਿਹੜੀਆਂ ਉਹਨਾਂ ਤੇ ਫਿਲਮ ਬਣਾ ਦਿੰਦੇ ਆ ਤੁਸੀਂ ਫਿਲਮ ਦੇਖੀ ਹੋਣੀ ਡਾਕੂਆਂ ਦਾ ਮੁੰਡਾ ਉਹ ਜਿਹੜੇ ਸੰਘਰਸ਼ ਚੋਂ ਬੰਦਾ ਨਿਕਲਿਆ ਆ ਜਿਹੜੇ ਸੰਘਰਸ਼ ਚੋਂ ਮੁੰਡਾ ਨਿਕਲਿਆ ਨਾ ਉਹ ਸੰਘਰਸ਼ ਨੂੰ ਉਸ ਤਰੀਕੇ ਦੇ ਨਾਲ ਨਹੀਂ ਦਿਖਾਇਆ ਹਾਲਾਂਕਿ ਜਿ세 ਡਾਕੂਆਂ ਦੇ ਮੁੰਡੇ ਦੀ ਗੱਲ ਕਰੀਏ ਤੇ ਡਾਕੂਆਂ ਦਾ ਮੁੰਡਾ ਜਿੱਦੀ ਇਹ ਆਟੋ ਬਾਇਓਗ੍ਰਾਫੀ ਆ ਜਿੱਦਾਂ ਜਿੱਦੀ ਇਹ ਹੱਡ ਪੀਤੀ ਆ ਨਾ ਤੁਸੀਂ ਉਹਦੇ ਨਾਲ ਬਹਿ ਕੇ ਗੱਲਾਂ ਕਰੋ ਤੇ ਤੁਹਾਨੂੰ ਦੱਸੂਗਾ ਕਿ ਉਹ ਦਿਨ ਕਿੰਨੇ ਮਾੜੇ ਸੀਗੇ ਕਰਦੇ ਭਾਂਡੇ ਤੱਕ ਵੇਚ ਜਾਂਦੇ ਸੀਗੇ ਉਹ ਤੁਸੀਂ ਜਦੋਂ ਪਿਕਚਰ ਨੂੰ ਵੇਖਦੇ ਨਾ ਤੇ ਉਹ ਪਿਕਚਰ ਇਦਾਂ ਲੱਗਦਾ ਕਿ ਉਹਦੇ ਪਾਰਟ ਨੂੰ ਸੈਂਸੇਸ਼ਨਲਾਈਜ਼ ਕਰਕੇ ਉਹ ਪਿਕਚਰਾਈਜ਼ ਕਰਕੇ ਕਰ ਦਤਾ ਗੱਲੇ ਆ ਨਾ ਪਿਕਚਰ ਦੀ ਗੱਲ ਡਿਫਰੈਂਟ ਐਸ ਕਰਕੇ ਹੋ ਜਾਂਦੀ ਹੈ ਕਿਉਂਕਿ ਇੱਕ ਤਾਂ ਡਾਇਰੈਕਟਰ ਦਾ ਆਪਣਾ ਵਿਜਨ ਹੁੰਦਾ ਰਾਈਟਰ ਦਾ ਆਪਣਾ ਵਿਜਨ ਹੁੰਦਾ ਪੂਰੀ ਟੀਮ ਦਾ ਇੱਕ ਵਿਜਨ ਹੁੰਦਾ ਕਮਰਸ਼ੀਅਲ ਨਹੀਂ ਦੇਖੋ ਵਿਜਨ ਸਾਰਿਆਂ ਦਾ ਹੁੰਦਾ ਹੈ ਕਮਰਸ਼ੀਅਲ ਕਮਰਸ਼ੀਅਲ ਐਸਪੈਕਟ ਤੇ ਦੇਖਿਆ ਗਿਆ ਔਰ ਕਮਰਸ਼ੀਅਲ ਐਸਪੈਕਟ ਕੀ ਹੈ ਜੋ ਦਰਸ਼ਕਾਂ ਦਾ ਵਿਜਨ ਹੈ ਤੁਹਾਡੀ ਗੱਲ ਪਹਿਲੀ ਗੱਲ ਨਾਲ ਰਿਲੇਟ ਕਰਦੇ ਆ ਕਿ ਦਰਸ਼ਕਾਂ ਦਾ ਵਿਜਨ ਇੱਥ ਇਨੂੰ ਗਲੈਮਰਾਇਜ਼ ਕਰਨਾ ਪੈ ਰਿਹਾ ਡਾਇਰੈਕਟਰ ਨੂੰ ਤਾਂ ਕਿ ਮੇਰੀ ਫਿਲਮ ਚੱਲੇ ਫਿਲਮ ਚੱਲੇ ਉਹੀ ਗੱਲ ਹੈ ਜਿਹੜੇ ਦਰਸ਼ਕ ਨੇ ਉਹ ਇੰਨੇ متاثر ਨੇ ਗੈਂਗਸਟਰਸ ਤੋਂ ਉਹਨਾਂ ਦੀ ਐਕਟੀਵਿਟੀਆਂ ਤੋਂ ਕਿ ਦੇ ਵਾਂਟ ਟੂ ਬੀ ਅ ਵਨ ਮਤਲਬ ਉਹਨਾਂ ਵਾਕਣੇ ਬਣਨਾ ਚਾਹੁੰਦੇ ਨੇ ਜਿਹਦਾ ਤੁਸੀਂ ਕਿਹਾ ਕਿ ਤੋ ਬੱਚਾ ਸਟੇਟਸ ਪਾਉਂਦਾ ਸੋ ਸਾਡੀ ਇਹ ਪੀੜੀ ਕਿੱਧਰ ਜਾ ਰਹੀ ਹੈ ਸਾਡੀ ਇਹ ਸੋਚ ਕਿੱਧਰ ਜਾ ਰਹੀ ਹੈ ਇਹ ਦੇਖਣ ਦੀ ਗੱਲ ਹੈ ਮੀਡੀਆ ਯਾ ਫਿਲਮਸ ਇੱਕ ਸਾਡੀ ਪ੍ਰੋਜੈਕਸ਼ਨ ਨੇ ਜੋ ਸਾਡੇ ਅੰਦਰੋਂ ਹੀ ਨਿਕਲਦੀ ਹੈ ਪਰ ਅਸੀਂ ਅੰਦਰੋਂ ਇਸ ਚੀਜ਼ ਨੂੰ ਵਾਵਾਹੀ ਦੇ ਰਹੇ ਹਾਂ ਔਰ ਵਾਕਈ ਇੱਕ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਪਰ ਕਿਤਨਾ ਕਿਤੇ ਨਾ ਇਹਦਾ ਸੰਬੰਧ ਖੈਰਾ ਸਾਹਿਬ ਜੋ ਡੀਪ ਸਟੇਟ ਵਰਕ ਕਰਦੀ ਹੈ ਨਾ ਉਹਦੇ ਨਾਲ ਡਾਇਰੈਕਟ ਰਿਲੇਸ਼ਨ ਹੁੰਦਾ ਇਹਦਾ ਮੈਂ ਇੱਕ ਗੱਲ ਕਹਿਣਾ ਵੀ ਅੱਜ ਕੱਲ ਤੁਸੀਂ ਬੜੀ ਟੈਕਨੋਲੋਜੀਕਲੀ ਬੜੇ ਐਡਵਾਂਸ ਹੋ ਗਏ ਆ ਜੇ ਕੰਪਿਊਟਰ ਚਲਾਉਨੇ ਆ ਜਾਂ ਫੋਨ ਚਲਾਉਨੇ ਆ ਹਰ ਕਿਸੇ ਦਾ ਆਈਪੀ ਐਡਰੈਸ ਆ ਪਤਾ ਲੱਗ ਜਾਂਦਾ ਜੀ ਕਿਹੜੇ ਸਰਵਰ ਤੋਂ ਕਿੱਥੇ ਕਦੋਂ ਕਿੰਨੇ ਵਜੇ ਕਾਲ ਹੋਈ ਆ ਕਿਹੜੇ ਸਰਵਰ ਤੋਂ ਕਦੋਂ ਤੇ ਕਿੱਥੇ ਤੇ ਕਿੰਨੇ ਪੋਸਟ ਪਾਈ ਆ ਤੇ ਕਿੰਨੇ ਵਜੇ ਪੋਸਟ ਪਾਈ ਆ ਕਿਹੜੇ ਰਿਜਨ ਤੋਂ ਪੋਸਟ ਪਈ ਆ ਕਿੰਦੇ ਡਿਵਾਈਸ ਤੋਂ ਹੁਣ ਇਹ ਪੰਜਾਬ ਦੇ ਵਿੱਚ ਇੱਕਦਮ ਤਾਂ ਨਹੀਂ ਐਕਟਿਵ ਹੋਣ ਲੱਪੇ ਕਤਲ ਕਰਦੇ ਸੀਗੇ ਫੇਸਬੁੱਕ ਤੇ ਉਹ ਉਹਦਾ ਉਹਦਾ ਜਿਹੜਾ ਕਤਲ ਕਰਕੇ ਉਹਦੀ ਜਿਹੜੀ ਜ਼ਿੰਮੇਵਾਰੀ ਉਹ ਫੇਸਬੁੱਕ ਤੇ ਲੈ ਲੈਂਦੇ ਸੀਗੇ ਕੀ ਸਾਡੇ ਸਰਕਾਰਾਂ ਇਹਨਾਂ ਨੂੰ ਫੜ ਨਹੀਂ ਸਕਦੀਆਂ ਹੁਣ ਪਿੱਛੇ ਜੇ ਜਦੋਂ ਕਤਲ ਹੁੰਦਾ ਆ ਸੰਦੀਪ ਬਿਸ਼ਨੋਈ ਦਾ ਤੇ ਉਹ ਤੋਂ ਬਾਅਦ ਵੀ ਬੰਬੀਹਾ ਗਰੁੱਪ ਕਹਿੰਦਾ ਜੇ ਅਸੀਂ ਕੀਤਾ ਆ ਅਸੀਂ ਪਾਈ ਆ ਫਿਰ 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 ਉਹ ਬਿਸ਼ਨੋਈ ਗਰੁੱਪ ਦੇ ਵੀ ਹੁੰਦਾ ਵੀ ਆ ਕੇ ਇਹ ਦੀ ਲਾਸ਼ਾਂ ਦੇ ਉੱਤੇ ਆਂ ਘੱਗੇ ਨਾ ਮਾਰੋ ਫੱਗੇ ਨਾ ਕਰੋ ਐਦਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਸਾਡੇ ਕੋਲੇ ਇੱਕ ਬੜਾ ਇੱਕ ਸੈੱਟ ਪੈਟਰਨ ਆ ਟੈਕਨੋਲੋਜੀਕਲੀ ਪੈਟਰਨ ਹੈਗਾ ਸਾਡੇ ਕੋਲੇ ਸਾਡੀਆਂ ਗਵਰਨਮੈਂਟਸ ਫੇਲ ਨੇ ਤੇ ਉਹ ਟ੍ਰੇਸ ਨਹੀਂ ਕਰ ਸਕਕੇ ਇਹਨਾਂ ਨੂੰ ਵੀ ਪੋਸਟਾਂ ਕਿੱਥੋਂ ਪੈ ਰਹੀਆਂ ਨਹੀਂ ਤੇ ਇਹਨਾਂ ਨੂੰ ਲਗਾਮ ਪਾਉਣੀ ਕਿਹੜਾ ਔਖੀ ਆ ਅਕਾਊਂਟ ਕਿੱਥੋਂ ਬਣਿਆ ਅਕਾਊਂਟ ਕਿੱਥੋਂ ਬਣਾ ਤੇ ਰਜਿਸਟਰਡ ਆ ਉਹਦੇ ਵਿੱਚ ਇੱਕ ਆਪਸ਼ਨ ਵੀ ਹੁੰਦਾ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਦਿਓ ਕਿਉਂਕਿ ਇੰਨਾ ਕੁਝ ਤੁਸੀਂ ਲੱਭ ਲੈਂਦੇ ਹੋ ਇੰਟਰਪੋਲ ਐ ਇੰਟਰਨੈਸ਼ਨਲ ਪੁਲਿਸ ਐ ਇਟਾ ਵੱਡਾ ਤੁਸੀਂ ਨੈਟਵਰਕ ਚਲਾ ਰਹੇ ਹੋ ਪੂਰੇ ਦੇਸ਼ ਦੀ ਤੁਸੀਂ ਖੋਫਿਆ ਏਜੰਸੀ ਹੋ ਤੇ ਤੁਸੀਂ ਇਹਨਾਂ ਨੂੰ ਹੈਂਡਲ ਨਹੀਂ ਕਰ ਸਕਦੇ ਮਤਲਬ ਇਹ ਬੜੀ ਸ਼ਰਮਨਾਕ ਕਟਨਾ ਹੈ ਕਿ ਜਿਹੜਾ ਉਹਨਾਂ ਨੇ ਫੇਸਬੁੱਕ ਦੀ ਆਈਡੀ ਦੇ ਉੱਤੇ WhatsApp ਨੰਬਰ ਜਾਰੀ ਕੀਤਾ ਹੈ ਕਿ ਤੁਸੀਂ ਸਾਡੇ ਗਰੁੱਪ ਨਾਲ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ ਇਸ ਨੰਬਰ ਦੇ ਉੱਤੇ ਸਾਨੂੰ ਆਪਣੀ ਡਿਟੇਲਸ ਭੇਜੋ ਮੈਂ ਮੈਂ ਬਿਲਕੁਲ ਬੜਾ ਹੈਰਾਨ ਹਾਂ ਕਿ ਇਹ ਬੜੇ ਖੁੱਲੇ ਤੌਰ ਦੇ ਉੱਤੇ ਹੋਣ ਡਿਆ ਇਦਾਂ ਲੱਗਦਾ ਹੈ ਕਿ ਪਹਿਲਾਂ ਤੇ ਸਾਨੂੰ ਰੈਂਦਾ ਖੁੰਦਾ ਵੰਡਨੇ ਮਾਰਿਆ ਫਿਰ ਸਾਡੇ ਨਿਆਣਿਆਂ ਨੂੰ 84 ਨੇ ਪਟ ਲਿਆ ਤੇ ਫਿਰ ਉਸ ਤੋਂ ਬਾਅਦ ਨਸ਼ਿਆਂ ਦੀ ਘਾਣ ਹੋ ਗਈ ਤੇ ਹੁਣ ਆ ਆ ਕੁਛ ਆ ਦੇਖੋ ਨਾ ਗੀਤ ਵੀ ਇਦਾਂ ਦੇ ਬਣੇ ਨੇ ਗੀਤਾਂ ਦੇ ਵਿੱਚ ਅਸੀਂ ਅਕਸਰ ਗੱਲ ਕੀਤੀ ਹੈ ਹਮੇਸ਼ਾ ਬੰਦੂਕਾਂ ਰਿਵੋਲਵਰ ਗੋਲੀਆਂ ਚੱਲਣੀਆਂ ਔਰ ਕਿਸੇ ਦੇ ਉੱਤੇ ਕੇਸ ਚੱਲਦੇ ਪਏ ਨੇ ਤਾਂ ਬਹੁਤ ਵੱਡੀ ਗੱਲ ਹੈ ਜੀ ਉਹਦਾ ਵੀ ਕੇਸ ਚੱਲਦੇ ਪਏ ਮੈਂ ਗਾਣਾ ਸੁਣਦਾ ਸੀਗਾ ਮੈਨੂੰ ਯਾਦ ਆ ਗਿਆ ਚਲੋ ਮੈਂ ਆਪਾਂ ਹੁਣ ਗੱਲ ਕਰ ਹੀ ਰਹੇ ਆ ਤੇ ਟਰੈਵਲ ਕਰ ਰਿਹਾ ਸੀ ਮੈਂ ਤਾਂ ਕਿਤੇ ਗਾਣਾ ਰੇਡੀਓ ਤੇ ਆ ਗਿਆ ਬੰਦਾ ਮੁੰਦਾ ਮਾਰਨਾ ਤੇ ਦੱਸ ਨਹੀਂ ਬੰਦਾ ਮੁੰਦਾ ਮਾਰਨਾ ਤੇ ਦੱਸ ਦੱਸ ਨਹੀਂ ਆ ਪਤਾ ਨਹੀਂ ਆ ਆ ਗਾਣੇ ਅਸੀਂ ਸੁਣਦੇ ਆ ਮਤਲਬ ਅਸੀਂ ਬੜੇ ਪੈਟਰਨਾਈਜ਼ ਤਰੀਕੇ ਦੇ ਨਾਲ ਕਰ ਰਹੇ ਆ ਸਾਨੂੰ ਲੱਗਦਾ ਕਿ ਬੰਦਾ ਮਾਰਨਾ ਤਾਂ ਕੋਈ ਖੇਲ ਹੀ ਆ ਹਨਾ ਮਤਲਬ ਜਿਵੇਂ ਕਿਸੇ ਨੂੰ ਕਹਿਣਾ ਹੋਵੇ ਕਿ ਕੋਈ ਸਬਜ਼ੀ ਲੈ ਆਣੀ ਉਹ ਮਾਰਕੀਟ ਚੱਲੇ ਮੈਂ ਦੱਸ ਇਹ ਐਕਚੁਅਲ ਚ ਹੁੰਦਾ ਆ ਜਿਹਦੇ ਕੋਲੇ ਪਾਵਰ ਨਾ ਉਹਨੂੰ ਲੱਗਦਾ ਹੈ ਉਹ ਪਾਵਰ ਦੇ ਨਸ਼ੇ ਦੇ ਵਿੱਚ ਇੰਨਾ ਅੰਨਾ ਆ ਨਾ ਕਿ ਉਹਨੂੰ ਲੱਗਦਾ ਹੈ ਕਿ ਮੈਂ ਕੁਝ ਵੀ ਕਰ ਲਊਗਾ ਮੈਂ ਕਹਿਣਾ ਮੈਂ ਮੈਂ ਲੋਕਾਂ ਤੋਂ ਇਦਾਂ ਵੀ ਸੁਣਿਆ ਕਿਉਂਕਿ ਬੀਂਗਾ ਜਰਨਲਿਸਟ ਨਾ ਮੈਨੂੰ ਬੜੀਆਂ ਬੜੇ ਵਾਹ ਪੈਂਦੇ ਇਦਾਂ ਦੇ ਲੋਕਾਂ ਨਾਲ ਉਹ ਕਹਿੰਦੇ ਮੈਂ ਤਾਂ ਆਪਣੇ ਬੰਦੇ ਨੂੰ ਕਹਿਣਾ ਹੁੰਦਾ ਵੀ ਬੰਦਾ ਵੀ ਮਾਰ ਕੇ ਮੈਨੂੰ ਫੋਨ ਕਰ ਦੇ ਬਹੁਤ ਸੋਹਣੀ ਗੱਲ ਹੈ ਹਨਾ ਮਤਲਬ ਅਸੀਂ ਪਾਵਰ ਦੇ ਨਸ਼ੇ ਦੇ ਵਿੱਚ ਇੱਥੇ ਤੱਕ ਆ ਗਏ ਬਿਲਕੁਲ ਸਹੀ ਗੱਲ ਹੈ ਬੰਦਾ ਵੀ ਮਾਰ ਕੇ ਮੈਨੂੰ ਫੋਨ ਕਰ ਦੇ ਇਹ ਅਸੀਂ ਕਹਿ ਰਹੇ ਹਾਂ ਇੱਕੋ ਹੀ ਦੇਸ਼ ਦੇ ਨਾਗਰਿਕ ਹੋ ਤੁਸੀਂ ਫਿਰ ਕਹੋ ਕਿ ਆਈਡੀਅਲਿਜ਼ਮ ਵਾਲ ਜਾ ਰਹੇ ਮਤਲਬ ਆਈਡੀਅਲਿਜ਼ਮ ਨਹੀਂ ਹੈ ਇੱਕ ਸਿੰਪਲ ਗੱਲ ਹੈ ਹੁਣ ਆਪਾਂ ਦੋਵੇਂ ਇਕੱਠੇ ਬੈਠੇ ਆ ਕੰਮ ਕਰਦੇ ਪਏ ਆ ਠੀਕ ਹੈ ਇਦਾਂ ਹੀ ਸਾਰੇ ਜਣੇ ਇਕੱਠੇ ਬੈਠੇ ਆ ਆਪਸ ਵਿੱਚ ਕਦੀ ਇਹ ਗੱਲ ਕਰ ਸਕਦੇ ਕਿ ਇੱਕ ਦੂਜੇ ਨੂੰ ਅਸੀਂ ਮਾਰ ਦਈਏ ਗੱਲ ਉਹ ਹੈ ਨਾ ਕਿ ਅਸੀਂ ਆਪਦੇ ਤੋਂ ਥੱਲੇ ਵਾਲੇ ਇਹਨਾਂ ਦੇ ਨਾਲ ਪੰਗੇ ਲੈਣ ਨੂੰ ਬਹੁਤ ਸਤਾਣ ਆ ਬਹੁਤ ਛੇਰ ਹੁੰਨੇ ਆ ਅਸੀਂ ਇੱਕ ਦੇਖੋ ਨਾ ਗੱਲ ਕਹਿੰਦਾ ਜੀ ਮੈਂ ਤੇ ਵੈਸੇ ਸ਼ਾਂਤ ਰਹਿਣਾ ਪਰ ਕਦੀ ਕਦੀ ਮੇਰੇ ਅੰਦਰ ਦਾ ਰਾਖਸ਼ ਜાગ ਪੈਂਦਾ ਮੈਨੂੰ ਗੁੱਸਾ ਆ ਜਾਂਦਾ ਕਹਿੰਦਾ ਫਿਰ ਇਹਦਾ ਮਤਲਬ ਅੰਦਰ ਰਾਖਸ਼ ਬੈਠਾ ਹੋਇਆ ਨਾ ਤਾਂ ਹੀ ਜਾਗਦਾ ਇਹ ਤਾਂ ਕਿਉਂ ਜਾਗੇ ਤੇ ਰਾਖਸ਼ ਉੱਥੇ ਕਿਉਂ ਜਾਗਦਾ ਹੈ ਜਿੱਥੇ ਤੇਰੇ ਕੋਲ ਕੋਈ ਕਮਜ਼ੋਰ ਬੰਦਾ ਹੁੰਦਾ ਕਮਜ਼ੋਰ ਹੁੰਦਾ ਮੈਂ ਮੈਂ ਵੀ ਇਹੀ ਗੱਲ ਕਹਿੰਦਾ ਆਪਣਾ ਬੌਸ ਦੇ ਅੱਗੇ ਕਿਉਂ ਨਹੀਂ ਤੇਰਾ ਰਾਖਸ਼ ਜਾਗਦਾ ਬੌਸ ਦੇਗੇ ਤੁਸੀਂ ਉਹੀ ਬੰਦਾ ਹੁੰਦਾ ਤੁਹਾਨੂੰ ਲੱਗਦਾ ਕਿ ਕਿਸੇ ਅਗੇ ਮੈਂਤਾ ਪਾਉਂਦਾ ਹੁੰਦਾ ਤੇ ਉਹੀ ਬੰਦਾ ਜਦੋਂ ਕਿਤੇ ਨਿਕਲਦਾ ਤੇ ਉਹ ਸ਼ੇਰ ਬਣਿਆ ਹੁੰਦਾ ਵੀ ਹਾਲਾਤਾਂ ਦੇ ਹਿਸਾਬ ਦੇ ਨਾਲ ਤੁਹਾਡਾ ਰਾਖਸ਼ ਜਿਹੜਾ ਮੋਲਡ ਹੋ ਜਾਂਦਾ ਨਾ ਬਿਲਕੁਲ ਸਹੀ ਗੱਲ ਹੈ ਜਿੱਥੇ ਤੁਸੀਂ ਦੇਖਦੇ ਹੋ ਨਾ ਕਿ ਅੱਗੇ ਕੋਈ ਕੁਝ ਕਹਿ ਨਹੀਂ ਸਕਦਾ ਅੱਗੇ ਕੋਈ ਕਮਜ਼ੋਰ ਹੈ ਉੱਥੇ ਤੁਹਾਡਾ ਰਾਖਸ਼ ਜਾਗ ਪੈਂਦਾ ਜਿੱਥੇ ਪਤਾ ਕਿ ਅੱਗੇ ਪਿਓ ਬੈਠਾ ਹੈ ਖਾ ਜਾਊਗਾ ਉੱਥੇ ਤੁਹਾਡਾ ਰਾਖਸ਼ ਪਤਾ ਨਹੀਂ ਕਿੱਥੇ ਉਹ ਤੇ ਜੀ ਜੀ ਉਹ ਕਹਿੰਦੇ ਨਾ ਵੀ ਡਾਡੇ ਨੂੰ ਡਾਡੇ ਤੇ ਸ਼ੇਰ ਨੂੰ ਸਵਾ ਸ਼ੇਰ ਟੱਕਰਦਾ ਜਦੋਂ ਉਹਦਾ ਰਾਖਸ਼ ਭੱਜ ਜਾਂਦਾ ਵਾਕਈ ਤੇ ਉਹ ਗੱਲ ਇਹ ਹੈ ਨਾ ਕਿ ਡਾਡੇ ਨੇ ਡਾਡਾ ਪੰਗਾ ਨਹੀਂ ਲੈਂਦਾ ਜੀ 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 ਹਾਂ ਜੀ 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 ਅੱਗੇ ਵੀ ਜੀ ਜੀ ਪਿੱਛੇ ਵੀ ਜੀ ਜੀ ਫਿਰ ਜੀ ਜੀ ਦੀ ਮੂੰਹ ਹੱਥ ਦਾ ਅੱਛਾ ਅੱਗੇ ਵਧਦੇ ਸੋ ਅੱਗੇ ਵਧੀਆ ਵੈਸੇ ਇੱਕ ਚੀਜ਼ ਹੈ ਖੈਰਾ ਸਾਹਿਬ ਇਸਦੀ ISI ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਆ ਉਹ ਇਹਨਾਂ ਗੈਂਗਸਟਰਸ ਦੇ ਨਾਲ ਮਿਲ ਕੇ ਟਾਰਗੇਟ ਕਿਲਿੰਗ ਦਾ ਵੀ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਖਬਰ ਆਉਂਦੀ ਹੈ ਵਾਕਿਆ بڑا ਵੱਡਾ ਨਾਮ ਹੈ ਹਰਵਿੰਦਰ ਰਿੰਦਾ ਜੀ ਉਹ ਸ਼ਰਿਆਮ ਕਹਿੰਦਾ ਵੀ ਮੈਂ ਪੰਜਾਬ ਦੇ ਮੁੰਡਿਆਂ ਨੂੰ ਬੜੇ ਸਾਰੇ ਮੁੰਡਿਆਂ ਨੂੰ ਜਿਹੜੇ ਆ ਬੜੇ ਹਾਈ ਟੈਕ ਹਥਿਆਰ ਜਿਹੜੇ ਆ ਪੰਜਾਬ ਦੇ ਮੁੰਡਿਆਂ ਨੂੰ ਦਿੱਤੇ ਤੁਸੀਂ ਹਿਸਾਬ ਲਾ ਸਕਦੇ ਹੋ ਨਾ ਇੱਕ ਹੋਰ ਨਾਮ ਹੈ ਮੈਨੂੰ ਨਾਮ ਨਹੀਂ ਯਾਦ ਆਉਣ ਰਿਹਾ ਪਰ ਰਿੰਦਾ ਹਰਵਿੰਦਰ ਰਿੰਦਾਰਗੇ ਉੱਥੇ ਬਹੁਤ ਬੈਠੇ ਨੇ ਦੇਖੋ ਪਰ ਇਹ ਉਥੋਂ ਉੱਚ ਉਥੋਂ ਸਿਸਟਮ ਚਲਾਉਂਦੇ ਨੇ ਜਿੱਥੇ ਅਸੀਂ ਸੇਫ ਜਗ੍ਹਾ ਤੇ ਹਾਂ ਹਰਵਿੰਦਰ ਰਿੰਦਾ ਸੇਫ ਜਗ੍ਹਾ ਤੇ ਬੈਠਾ ਗੋਲਦੀ ਬਰਾੜ ਸੇਫ ਜਗ੍ਹਾ ਤੇ ਬੈਠਾ ਮੈਂ ਇਹਦੇ ਨਾਲ ਹੀ ਗੁਰਬੰਦ ਪਤਪੰਨੂ ਨੂੰ ਛੇੜੂਗਾ ਉਹ ਵੀ ਸੇਫ ਜਗ੍ਹਾ ਤੇ ਬੈਠਾ ਇੱਥੇ ਮੁੰਡੇ ਸਾਡੇ ਮਰਵਾ ਦਿੰਦੇ ਨੇ ਮਾਵਾਂ ਦੀਆਂ ਕੁੱਖਾਂ ਉਹ ਖਾ ਜਾਂਦੇ ਨੇ ਇੱਥੇ ਬੈਠ ਕੇ ਸਹੀ ਗੱਲ ਐ ਔਰ ਜੇ ਇਹਨਾਂ ਦਾ ਲਿੰਕ ਕਿਤੇ ਜਿਹੜੇ ਟੈਰਰਿਸਟ ਵਾਲੇ ਗਰੁੱਪ ਬੈਠੇ ਨੇ ਉਹਨਾਂ ਨਾਲ ਹੋ ਜਾਂਦਾ ਇਹਨਾਂ ਗੈਂਗਸਟਰਸ ਦਾ ਗਰੁੱਪ ਨਹੀਂ ਅੱਜ ਕੱਲ੍ਹ ਜਿਹੜੀਆਂ ਅੱਜ ਕੱਲ੍ਹ ਜੋ ਜਿੱਦਾਂ ਦਾ ਸਿਨੈਰੀਓ ਚੱਲਦਾ ਨਾ ਉਹ ਕਹਿੰਦੇ ਆ ਕਿ ਇਹਨਾਂ ਦੇ ਲਿੰਕ ਜਿਹੜੇ ਨਾ ਉਹ ਆਈਐਸਏ ਦੇ ਨਾਲ ਤੁਸੀਂ ਹਿਸਾਬ ਲਾ ਸਕਦੇ ਫਿਰ ਕਿੰਨਾ ਕਿੰਨਾ ਡੂੰਘਾ ਚਲੇ ਗਿਆ ਯਾਦ ਹੋਵੇਗਾ ਥੋੜੇ ਦਿਨ ਪਹਿਲਾਂ ਆਪਾਂ ਗੱਲ ਵੀ ਕਰਦੇ ਸੀਗੇ ਵੀ ਇੱਥੇ ਛਾਪੇ ਪਏ ਆ ਅ ਤੇ ਲਾਗੇ ਲਾਗੇ ਸੀਟ ਤੇ ਵੀ ਛਾਪੇ ਪੈਣੇ ਸ਼ੁਰੂ ਹੋ ਗਏ ਬਿਲਕੁਲ ਸਹੀ ਇਹ ਹਥਿਆਰ ਜਿਹੜੇ ਨਿਕਲਦੇ ਨੇ ਇਹ ਹ ਪਾਕਿਸਤਾਨ ਦੇ ਵੱਲੋਂ ਹੀ ਆਏ ਨੇ ਔਰ ਆਈਐਸਆਈ ਲੋਅ ਮਿਲਦੇ ਬਹੁਤ ਡੇਂਜਰਸ ਸਿਨੈਰੀਓ ਔਰ ਗਵਰਨਮੈਂਟ ਨੂੰ ਹੁਣ ਤੋਂ ਹੀ ਔਰ ਇਹ ਅੱਜ ਦਾ ਨਹੀਂ ਹੈਗਾ ਸੰਜੀਵ ਜੀ ਇਹ ਐਡਾ ਆਪਾਂ ਜੇ ਕਹੀਏ ਨਾ ਬਹੁਤ ਡੇਂਜਰਸ ਬਹੁਤ ਡੇਂਜਰਸ ਡੇਂਜਰਸ ਕੁਝ ਨਹੀਂ ਹੈਗਾ ਇਹ 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 ਡੇਂਜਰਸ ਬਣਾਇਆ ਜਾਂਦਾ ਨਹੀਂ ਤੇ ਦੂਸਰੇ ਮੁਲਕ ਤੋਂ ਸਾਡੇ ਮੁਲਕ ਦੇ ਨਿਆਣਿਆਂ ਦੇ ਨਾਲ ਕੌਣ ਟਾਰਗੇਟ ਕਰ ਲੋ ਹਾਲਾਂਕਿ ਜੇ ਤੁਸੀਂ ਪਾਕਿਸਤਾਨ ਕਿਸੇ ਨਾਲ ਆਪਣੇ ਰਿਸ਼ਤੇਦਾਰ ਦਾ ਵੀ ਗੱਲ ਕਰਦੇ ਆ ਨਾ ਮੈਨੂੰ ਪਤਾ ਕਿ ਇੱਥੇ ਹੁਸ਼ਿਆਰਪੁਰ ਡਾਕਟਰ ਸਾਹਿਬ ਨੇ ਹੁਣੇ ਉਹ ਉਹ ਉਹਨਾਂ ਦੀ وفات ਹੋਏ ਨੇ ਉਹਨਾਂ ਦੀ ਵਾਈਫ ਜਿਹੜੀ ਸੀਗੀ ਜਰਨਲਿਸਟ ਸੀਗੀ ਸ਼ੀ ਇਜ਼ ਵਰਕਿੰਗ ਵਿਦ ਮਤਲਬ ਇੱਕ ਵੱਡੇ ਇੱਕ ਵੱਡੇ ਅਖਬਾਰ ਦੇ ਨਾਲ ਕੰਮ ਕਰਦੇ ਸੀ ਪੰਜਾਬੀ ਅਖਬਾਰ ਦੇ ਨਾਲ ਉਹ ਤੇ ਉਹਨਾਂ ਦੀ ਰਿਸ਼ਤਦਾਰੀ ਉੱਥੇ ਸੀ ਉਹਨਾਂ ਦੀਆਂ ਭੂਗਾਂ ਜਿਹੜੀਆਂ ਸੀਗੀਆਂ ਦੋ ਉੱਥੇ ਤੇ ਉਹਨਾਂ ਦੀ ਬਹੁਤ ਮਿਲਣੀ ਸਰਨੀ ਸੀਗੀ ਉਹਨਾਂ ਦੇ ਨਾਲ ਉਹ ਕਹਿੰਦੇ ਵੀ ਸਾਡੇ ਫੋਨ ਟੈਪ ਹੁੰਦੇ ਆ ਮਤਲਬ ਸਾਨੂੰ ਪਤਾ ਸਾਡੇ ਫੋਨ ਟੈਪ ਹੁੰਦੇ ਆ ਜਿੱਦਨ ਅਸੀਂ ਵੀਜ਼ਾ ਲੈਣਾ ਹੁੰਦਾ ਸਾਨੂੰ ਸਾਰੀਆਂ ਚੀਜ਼ਾਂ ਸਾਡੇ ਘਰ ਦੀਆਂ ਫੋਲੀਆਂ ਜਾਂਦੀਆਂ ਸਭ ਕੁਝ ਖੋਲਿਆ ਜਾਂਦਾ ਸਾਡਾ ਬੈਕਗ੍ਰਾਉਂਡ ਖੰਗਾ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਸਾਨੂੰ ਵੀਜ਼ਾ ਦਿੰਦੇ ਕਹਿੰਦੇ ਪਰ ਹੁਣ ਅਸੀਂ ਪ੍ਰੋਸੈਸ ਜੇ ਇੰਨੀ ਸਰਵੇਲੈਂਸ ਹੈਗੀ ਆ ਤੇ ਫਿਰ ਇਹ ਮੁੰਡੇ ਜਿਹੜੇ ਸਾਡੇ ਆ ਈਵਨ ਦੋ ਕਹਿੰਦੇ ਵੀ ਜਿਹੜੀ ਇੰਟਰਨੈਟ ਕਾਲ ਆ ਜਿਹੜੀ ਇੰਟਰਨੈਟ ਡਿਵਰਜન્સ ਵੀ ਆ ਉਹ ਵੀ ਕਿਤੇ ਨਾ ਕਿਤੇ ਕਹਿੰਦੇ ਤੇ ਟ੍ਰੇਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਾਡੀਆਂ ਕਿਉਂ ਨਹੀਂ ਹੋ ਸਕਦੀਆਂ ਕਿਉਂਕਿ ਟੈਕਨੋਲੋਜੀ ਹੈ ਜਿੱਥੋਂ ਬਚਣ ਦੇ ਰਾਹ ਨੇ ਉੱਥੇ ਫਸਾਣ ਦੇ ਰਾਹ ਬਣਾ ਕੇ ਨੇ ਹੱਤਾਂ ਦੀ ਪਰ ਗੱਲ ਉਹ ਆ ਨਾ ਵੀ ਤੁਸੀਂ ਦੇਖੋ ਚੋਰ ਤੇ ਕੁੱਤੀ ਰਲੇ ਹੋਏ ਆ ਕੁਝ ਨਾ ਕੁਝ ਤੇ ਹੈਕਡ ਕੁਝ ਤੇ ਗੜਬੜ ਆ ਨਾ ਇਹ ਕਈ ਲੋਕ ਤੇ ਡਰੱਗਸ ਦੇ ਨਾਲ ਜਿਹੜੇ ਕਈ ਐਕਸਪਰਟ ਕਹਿੰਦੇ ਨੇ ਡਰੱਗਸ ਦੇ ਵਿੱਚ ਏਜੰਸੀਆਂ ਵੀ ਇਨਵੋਲਡ ਨੇ ਬਿਕੋਜ਼ ਡਰੱਗਸ ਔਰ ਵੌਲੰਟੇਰਲੀ ਦਿੰਦੇ ਨੇ ਜਾਣਬੁਝਕੇ ਦਿੰਦੇ ਨੇ ਤਾਂ ਕਿ ਕੋਈ ਸਵਾਲ ਨਾ ਪੁੱਛਣ ਡਰੱਗਸ ਖਾ ਕੇ ਸੁੱਤੇ ਰਹਿਣ ਸਰਕਾਰਾਂ ਜੋ ਕਰਦੀਆਂ ਨੇ ਕਰਦੀਆਂ ਨੇ ਮੈਂ ਉਹੀ ਸੋਚਦਾ ਹੁੰਦਾ ਵੀ ਅਸੀਂ ਹੈਰਾਨ ਆ ਕਿ ਇਹ ਵੀ ਸੋਚ ਹੋ ਸਕਦੀ ਹੈ ਉਹੀ ਮੁੰਡਾ ਹੁੰਦਾ ਜਿੰਨੇ ਆਪਣੀ ਗੱਡੀ ਦੇ ਪਿੱਛੇ ਕਿਉਂਕਿ ਹੁਣ ਅਮੀਰਾਂ ਦੇ ਜਵਾਕ ਜਿਹੜੇ ਸ਼ੁਰੂ ਤੋਂ ਕਰਦੇ ਨੇ ਨਾ ਇਹ ਕਿਉਂਕਿ ਮੋਰਫਿਨ ਵਗੈਰਾ ਜਿਹੜਾ ਆ ਜਾਂ ਫਿਰ ਇਕਲੀਆ ਕੀ ਜਿਹਨੂੰ ਅਸੀਂ ਕਹਿੰਨੇ ਆ ਚਿੱਟਾ ਚਿੱਟਾ ਜਿਹੜਾ ਆ ਉਹ ਆਮ ਲੋਕਤਵੰਦਾ ਅਫੋਰਡ ਨਹੀਂ ਕਰਦਾ ਤਾਂ ਸੋ ਪਹਿਲਾਂ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਜਿਹੜੇ ਥੋੜੇ ਸਰਦੇ ਘਰਾਂ ਦੇ ਹੁੰਦੇ ਆ ਬੜੀ ਆ ਰਹੀ ਮਤਲਬ ਇਹ ਵਕਤਕਲ ਇੰਟਰਨੈਟ ਆ ਤਾਂ ਵੀਡੀਓ ਬੜੀਆਂ ਵਾਇਰਲ ਹੋ ਜਾਂਦੀਆਂ ਮੁੰਡਾ ਚਿੱਟੇ ਦੇ ਨਾਲ ਗੱਡੀ ਦੇ ਵਿੱਚ ਐਨ ਸੁੱਤਾ ਹੋਇਆ ਸੈਟ ਹੋ ਕੇ ਬੈਠਾ ਤੇ ਗੱਡੀ ਦੇ ਪਿੱਛੇ ਲੋਗੋ ਬਣਾ ਕੇ ਭਗਤ ਸਿੰਘ ਦਾ ਲਿਖਿਆ ਭਗਵੰਤ ਭਗਤ ਸਿੰਘ ਨੂੰ ਮੁਰਾਉਣਾ ਪੈਣਾ ਮੁਰਾਉਣਾ ਪੈਣਾ ਲਿਖਿਆ ਲੋਗੋ 'ਚ ਤੇ ਤੁਸੀਂ ਹਿਸਾਬ ਲਾ ਲਓ ਕਿ ਇਹ ਜਵਾਕ ਉਹੀ ਆ ਇਹ ਜਾਇਆ ਮਹਾਰਾਜਾ ਰਣਜੀਤ ਸਿੰਘ ਦੀ ਕੌਮ ਦਾ ਹੀ ਆ ਪਰ ਸਾਡੇ ਆਪਣਿਆਂ ਨੇ ਘੋਲ ਦਿੱਤਾ ਨਾ ਕਹਿੰਦੇ ਨੇ ਵੀ ਪੰਜਾਂ ਪਾਣੀਆਂ 'ਚ ਘੋਲੀ ਜ਼ਹਿਰ ਕੇ ਨੇ ਇਹ ਆਪਣਾ ਹੀ ਸੀ ਜਿਹੜਾ ਘੋਲ ਚੁੱਕਾ ਮਤਲਬ ਕੋਈ ਹੋਰ ਬਗਾਨਾ ਤਾਂ ਆਉਂਦਾ ਹੀ ਨਹੀਂ ਹੈਗਾ ਕਿਹਨੂੰ ਪਤਾ ਵੀ ਕਿੱਥੇ ਕੀ ਹੈ ਨਾ ਜਿਹਨੂੰ ਸਾਡਿਆਂ ਨੂੰ ਪਤਾ ਆ ਉਹੀ ਕੋਲ ਦੇ ਨੇ ਲੰਕਾ ਹਮੇਸ਼ਾ ਘਰ ਦਾ ਪੇਤੇ ਤਾਂ ਹੁੰਦਾ ਹੈ ਬਾਹਰੋਂ ਕੋਈ ਨਹੀਂ ਆ ਕੇ ਟੋਂਦਾ ਸੋ ਆਪਾਂ ਅੱਗੇ ਵਧਦੇ ਆ ਕਿ ਹੁਣ ਗੱਲ ਹੋ ਰਹੀ ਹੈ ਕਾਂਗਰਸ ਦਾ ਪ੍ਰਧਾਨ ਕੌਣ ਬਣੂਗਾ ਸੋ ਰਾਹੁਲ ਗਾਂਧੀ ਆਪਣੀ ਸਟੇਟਮੈਂਟ ਦੇ ਰਹੇ ਵੈਸੇ ਤੁਸੀ ਮੈਨੂੰ ਲੱਗਦਾ ਛੋਣ ਲਿਆ ਆ ਨਾ ਤੁਸੀਂ ਮੈਨੂੰ ਹਮੇਸ਼ਾ ਹੀ ਕਹਿੰਦੇ ਆ ਵੀ ਨਾ ਨਾ ਰਾਹੁਲ ਗਾਂਧੀ ਤੋਂ ਬਿਨਾ ਕਿਤੇ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਫਿਰ ਵੀ ਆਪਾਂ ਡਿਸਕਸ ਕਰ ਲੈਂਦੇ ਆ ਕਈ ਜਾਣੇ ਲੱਗੇ ਹੋਏ ਨੇ ਅਪਾ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀ ਪੰਜਾਬ ਦੀ ਕਾਂਗਰਸ ਬੋਡੀ ਆ ਉਹਨਾਂ ਨੇ ਤਾਂ ਚੁਣੀ ਲਿਆ ਸਰਵਸੰਮਤੀ ਨਾਲ ਕੇ ਰਾਹੁਲ ਗਾਂਧੀ ਉਹ ਹਜੇ ਮੰਨਦੇ ਨਹੀਂ ਪਾਏ ਕਿਉਂਕਿ ਉਹ ਆਪਣੀ ਭਾਰਤ ਜੋੜੋ ਯਾਤਰਾ ਚ ਲੱਗੇ ਹੋਏ ਨੇ ਉਧਰ ਅਸ਼ੋਕ ਗਹਿਲੌਰ ਜੀ ਸੀਐਮ ਨੇ ਤਾਂ ਇੱਕ ਨਵੀਂ ਸਟੇਟਮੈਂਟ ਆਈ ਹੈ ਰਾਹੁਲ ਜੀ ਵੱਲੋਂ ਕਿ ਜਦੋਂ ਤੱਕ ਉਹ ਸੀਐਮ ਨੇ ਉਦੋਂ ਤੱਕ ਉਹਨੂੰ ਛੱਡਣੀ ਪੈਗੀ ਕੁਰਸੀ ਆਪਣੀ ਜੇ ਮੈਂ ਪ੍ਰਦਾਨ ਕੀਤੀ ਦਾ ਪਤਾ ਨਹੀਂ ਇਹ ਕਿਹ ਸੀਨੈਰੀਓ ਬਣਦਾ ਪਿਆ ਮਤਲਬ ਕੋਈ ਮਤਲਬ ਮੂੰਹ ਸਿਰ ਸਮਝ ਨਹੀਂ ਆ ਰਿਹਾ ਕਿ ਗੇਮ ਕਿੱਧਰ ਨੂੰ ਜਾ ਰਹੀ ਹੈ ਵੈਸੇ ਮੈਂ ਨਿਸ਼ਕਰਸ਼ ਕੱਢਿਆ ਸੀਗਾ ਕਿ ਸਭ ਕੁਝ ਘੁੰਮ ਫਿਰ ਕੇ ਨਾ 360 ਡਿਗਰੀ ਹੋ ਕੇ ਇਹ ਗੱਲ ਰਾਹੁਲ ਤੇ ਹੀ ਆਉਣੀ ਹੈ ਜਾਂ ਉਹਨਾਂ ਦੇ ਫੈਮਿਲੀ ਦੇ ਕਿਸੇ ਹੋਰ ਮੈਂਬਰ ਤੋਂ ਆਉਣੀ ਹੈ ਜਾਂ ਉਹਨਾਂ ਨੇ ਕਹਿਣਾ ਕਿ ਲੈਟ ਅਸ ਟ੍ਰਾਈ ਪ੍ਰਿਯੰਕਾ ਵਾਟਰਾ ਦਿਸ ਦਿਸ ਟਾਈਮ ਸ਼ਾਇਦ ਇਹ ਵੀ ਹੋ ਸਕਦਾ ਹੈ ਬਟ ਮੈਨੂੰ ਨਹੀਂ ਲੱਗਦਾ ਕਿ ਇਸ ਫੈਮਿਲੀ ਤੋਂ ਬਾਹਰ ਕਿਤੇ ਕੋਈ ਪ੍ਰਧਾਨ ਦੇਖ ਸਕਦੇ ਆਪਾਂ ਅੱਛਾ ਜੇ ਹੁਣ ਅਸ਼ੋਕ ਗਹਿਲੋਤ ਕਹਿੰਦੇ ਆ ਵੀ ਮੈਂ ਲੜਨਾ ਤੇ ਫਿਰ ਰਾਜਸਥਾਨ ਵੀ ਵੇਖਣਾ ਪੈਣਾ ਕਿਸੇ ਨੂੰ ਪਾਇਲਟ ਸਾਹਿਬ ਵੀ ਲੱਗੇ ਸਚਨ ਪਾਇਲਟ ਕਹਿੰਦੇ ਕਿ ਲਗਾਤਾਰ ਸਰਗਰਮ ਨੇ ਔਰ ਉਥੇ ਉਹ ਕੈਂਪੇਨ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਅੱਜ ਕੱਲ ਉਹਨਾਂ ਦੀ ਵੀਡੀਓ ਬੜੀ ਵਾਇਰਲ ਹੋਣ ਜਿਹਦੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੇ ਹੈਨਾ ਤੇ ਵੈਸੇ ਮੈਨੂੰ ਪਹਿਲਾਂ ਵੀ ਅਸ਼ੋਕ ਗਹਿਲੋਤ ਜਿਹੜੇ ਆਪਾਂ ਕਹਿੰਦੇ ਕਿ ਬਣਦੇ ਬਣਦੇ ਬਣ ਕੇ ਰਹਿ ਕੇ ਹੁਣ ਇਹ ਹੈ ਕਿ ਚਲੋ ਸ਼ੋਕ ਗਹਿਲੋਤ ਜੇ ਇਦਾਂ ਹੁੰਦਾ ਹੈ ਤੇ ਫਿਰ ਸਚਿੰਦ ਪਾਇਲਟ ਦੇ ਕੋਲ ਮੌਕਾ ਹੈ ਔਰ ਸਚਿੰਦ ਪਾਇਲਟ ਨੂੰ ਲੋਕੀ ਪ੍ਰੋਗਰੈਸਿਵ ਹੀ ਕਹਿੰਦੇ ਨੇ ਬਿਲਕੁਲ ਚਲੋ ਫਿਰ ਵੀ ਪਾਰਟੀ ਦਾ ਇੰਟਰਨਲ ਮੈਟਰ ਹੈ ਪਰ ਅਸੀਂ ਇਹ ਦੇਖਣਾ ਚਾਹੋਗੇ ਕਿ ਪਾਰਟੀ ਕਿੰਨੀ ਸਟਰੋਂਗ ਹੋ ਸਕਦੀ ਕਿਉਂਕਿ ਇੰਡੀਆ ਵਿੱਚ ਇਸ ਵਕਤ ਆਪੋਜੀਸ਼ਨ ਬਹੁਤ ਜ਼ਿਆਦਾ ਕਮਜ਼ੋਰ ਹੈ ਜਿਸ ਦਾ ਕਿ ਸਾਰੇ ਮਾਹਿਰ ਇਹ ਮੰਨਦੇ ਨੇ ਕਿ ਭਾਜੀਪੀ ਡਰਦੀ ਨਹੀਂ ਡਰਦੀ ਇਸ ਕਰਕੇ ਨਹੀਂ ਕਿਉਂਕਿ ਸਾਹਮਣੇ ਕੋਈ ਆਪੋਜੀਸ਼ਨ ਵਾਲਾ ਨਹੀਂ ਹੈ ਦੇ ਆਰ ਸੋ ਕੌਨਫिडेंट ਕਿ ਸ਼ਾਇਦ 2024 ਦੇ ਵਿੱਚ ਵੀ ਉਹ ਵੀ ਫਿਰ ਤੋਂ ਰਿਪੀਟ ਹੋਣ ਜਾ ਰਹੇ ਨੇ ਇੱਕ ਇੱਕ ਗੱਲ ਹੋਰ ਵੀ ਧਿਆਨ ਚ ਰੱਖੋ ਕਹਿੰਦੇ ਵੀ ਹੁਣ ਜੇ ਕੈਨੇਡਾ ਜਾਣਾ ਨਾਲ ਮੈਂ ਕਿਹਾ ਕੈਨੇਡਾ ਚਲ ਜੀ ਗਿਆ ਆਪਾਂ ਪੰਜਾਬ ਦੀਆਂ ਤਾਂ ਗੱਲਾਂ ਕਰ ਲੀਆਂ ਕਾਂਗਰਸ ਦੀ ਵੀ ਗੱਲ ਕਰ ਲਈ ਆ ਆ ਕੈਨੇਡਾ ਵਾਲਿਆਂ ਜਵਾਕਾਂ ਨੂੰ ਕਹਿੰਦੇ ਜਿਹੜੇ ਸਾਡੇ ਪੰਜਾਬੀ ਆ ਸਪੈਸ਼ਲੀ ਭਾਰਤੀ ਆ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਹੋ ਗਈ ਇੱਕ ਹੂੰ ਹੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬੀ ਜਿਹੜੇ ਕ੍ਰਾਈਮ ਜਿਹੜੇ ਕ੍ਰਾਈਮ ਉੱਥੇ ਹੁੰਦੇ ਨੇ ਉਹਨਾਂ ਦੇ ਵਿੱਚ ਪੰਜਾਬੀ ਬੜੇ ਇਨਵੋਲਡ ਹੋਲ ਸਕੇ ਹੁਣ ਪੰਜਾਬੀ ਜਵਾਕਾਂ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਜੇ ਤੁਹਾਨੂੰ ਕੋਈ ਫਸਾਉਂਦਾ ਆ ਜਾਂ ਤੁਸੀਂ ਕਿਤੇ ਕੋਈ ਕ੍ਰਾਈਮ ਦੇਖਦੇ ਆ ਤਾਂ ਤੁਸੀਂ ਜਿਹੜੀ ਗੱਲ ਕਰ ਲਓ ਵੀ ਤੁਸੀਂ ਉਟਵਾ ਜਿਹੜਾ ਸੈਂਟਰ ਆ ਸਾਡਾ ਜਾਂ ਵੈਨਕੂਵਰ ਸੈਂਟਰ ਆ ਜਾਂ ਉਹਨਾਂ ਨੇ ਦੋ ਤਿੰਨ ਹੋਰ ਸੈਂਟਰ ਦਿੱਤੇ ਆ ਵੀ ਤੁਸੀਂ ਉੱਥੇ ਜਾ ਕੇ ਪੁਲਿਸ ਨੂੰ ਦੱਸ ਸਕਦੇ ਆ ਜਾਂ ਫਿਰ ਸਾਨੂੰ ਉਹਨਾਂ ਨੇ ਫੋਨ ਨੰਬਰ ਵੀ ਦਿੱਤੇ ਆ ਉਹਦੇ ਵਿੱਚ ਕਿ ਫੋਨ ਕਰ ਲਓ ਮੈਂ ਸੋਚਦਾ ਸੀ ਵੀ ਦੇਖ ਲਓ ਉਹਨਾਂ ਨੂੰ ਪਤਾ ਲੱਗਦਾ ਵੀ ਕਿ ਕਿਹੜਾ ਕਮਿਊਨਿਟੀ ਵਾਲਾ ਕੀ ਕਰਦਾ ਆ ਨਾ ਇਸ ਕਰਕੇ ਹੁਣ ਭਾਰਤੀ ਜਿਹੜੇ ਸਟੂਡੈਂਟਸ ਆ ਉਹਨਾਂ ਲਈ ਐਡਵਾਈਜ਼ਰੀ ਹੈ ਕਿਸੇ ਹੋਰ ਲਈ ਨਹੀਂ ਹੈਗੀ ਆ ਗੱਲੇ ਇਹ ਨੇ ਕਿ ਜਿਹੜੇ ਸੁਪਨੇ ਲੈ ਕੇ ਅਸੀਂ ਕੈਨੇਡਾ ਦੀ ਧਰਤੀ ਤੇ ਗਏ ਉੱਥੇ ਜਾ ਕੇ ਕਿਸੀਂ ਹੋਰ ਹੀ ਕੰਮ ਸ਼ੁਰੂ ਕਰਕੇ ਬਹਿ ਗਏ ਆ ਹਾਲਾਂਕਿ ਸਾਨੂੰ ਬੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਕੈਨੇਡਾ ਨੇ ਸੰਭਿਆ ਇੱਥੇ ਕਿਦਾਂ ਤੁਰੇ ਫਿਰਦੇ ਨੇ ਉੱਥੇ ਇੱਕ ਫਿਊਚਰ ਆ ਉੱਥੇ ਉਹਨਾਂ ਨੂੰ ਲੱਗਦਾ ਕਿ ਸਾਡੇ ਟੈਲੈਂਟ ਦਾ ਸਹੀ ਇਸਤੇਮਾਲ ਹੋ ਸਕਦਾ ਪਰ ਉੱਥੇ ਜਾ ਕੇ ਜੇ ਇਹ ਕੁਝ ਕਰਨਾ ਗੈਂਗਸਟਰਸ ਮਿਲ ਕੇ ਪਿੱਛੇ ਦੀ ਇੱਕ ਲਿਸਟ ਜਾਰੀ ਹੋਈ ਸੀ 11 ਜਾਣੇ ਜਿਹੜੇ ਗੈਂਗਸਟਰਸ ਨੇ ਉਹਨਾਂ ਵਿੱਚੋਂ 9 ਬੰਦੇ ਪੰਜਾਬੀ ਦੋ ਬੰਦੇ ਬਾਹਰਲੇ ਹੁਣ ਦੱਸੋ ਕਿੰਨੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਕਿੱਥੇ ਅਸੀਂ ਸਰਕਾਰਾਂ ਦੇ ਵਿੱਚ ਬਹਿ ਕੇ ਸਰਕਾਰਾਂ ਚਲਾਉਂਦੇ ਆ ਮਨਿਸਟਰਸ ਬਣੇ ਹੋਏ ਆ ਕਿੱਥੇ ਅਸੀਂ ਗੈਂਗਸਟਰਸ ਬਣੇ ਹੋਏ ਆ ਪਿੱਛੇ ਜੇ ਇੱਕ ਹੋਰ ਉਹ ਹੀ ਘਟਨਾ ਤਲਵਾਰਾਂ ਚੱਲ ਗਈਆਂ ਸਟੂਡੈਂਟਸ ਨੇ ਤਲਵਾਰਾਂ ਚਲਾ ਦਿੱਤੀ ਉਹ ਵੀ ਘਟਨਾ ਹੋਈ ਔਰ ਆਪਾਂ ਉਹਦੀ ਵੀ ਗੱਲ ਕਰਦੇ ਸੀ ਵੀ ਗਾਣੇ ਚਲਾਉਂਦੇ ਸੀ ਕਿ ਜੀ ਡਾਊਨ ਟਾਊਨ ਦੇ ਵਿੱਚ ਤੇ ਪੁਲਿਸ ਵਾਲਿਆਂ ਨੇ ਕਹਿ ਦਿੱਤਾ ਤੇ ਫਿਰ ਕਹਿੰਦੇ 40 ਦੇ 40 ਉਹਨੂੰ ਪੈ ਗਏ ਆ ਬਾਅਦ ਵਿੱਚ ਹੁਣ ਉਹਨਾਂ ਦਾ ਕੇਸ ਵੀ ਚੱਲਦਾ ਰਿਪੋਰਟ ਵੀ ਹੋ ਸਕਦੇ ਆ ਕੁਝ ਵੀ ਹੋ ਸਕਦਾ ਹੈ ਕਿ ਹੋਰ ਇਸ ਚੀਜ਼ ਨੂੰ ਸਾਨੂੰ ਅਕਲ ਸਿੱਖਣੀ ਚਾਹੀਦੀ ਹੈ ਕਿ ਭਈਆ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਅਸੀਂ ਪੰਜਾਬੀ ਜੁਜਾਰੂ ਕੋਮ ਜ਼ਰੂਰ ਆ ਪਰ ਜੁਜਾਰੂ ਕਿਸੇ ਚੰਗੇ ਮਕਸਦ ਵਾਸਤੇ ਹੋਵੇ ਤਾਂ ਬਹੁਤ ਲੱਗਦਾ ਹੁੰਦਾ ਕਿ ਸੰਜੀਤ ਜੀ ਜਦੋਂ ਅਸੀਂ ਕਿਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਹੁੰਨੇ ਆ ਨਾ ਚਾਹੇ ਕਿਤੇ ਵੀ ਹੁੰਨੇ ਆ ਆਪਣੇ ਘਰ ਤੋਂ ਬਾਹਰ ਹੁੰਨੇ ਆ ਤਾਂ ਅਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਹੁੰਨੇ ਆ ਪਰਿਵਾਰ ਨੂੰ ਰਿਪਰੈਜ਼ੈਂਟ ਕਰਦੇ ਹੁੰਨੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਹੁੰਨੇ ਆ ਕਮਿਊਨਿਟੀ ਨੂੰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੁੰਨੇ ਇਸ ਕਰਕੇ ਥੋੜਾ ਜਿਆ ਕਹਿੰਦੇ ਨਾ ਵੀ ਐਡੇ ਵੀ ਨਾ ਖੁੱਲ ਗਿਆ ਕਿ ਲੋਕ ਸਾਨੂੰ ਕਹਿਣ ਵੀ ਬਈ ਤ ਬੇਸ਼ਰਮਾ ਨਾ ਬੇਸ਼ਰਮੀ ਚ ਤੇ ਖੁੱਲਣ ਚ ਥੋੜਾ ਜਿਹਾ ਫਰਕ ਹੁੰਦਾ ਸੋ ਇਹ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਗ੍ਰੇ ਇਗਜ਼ੈਕਟਲੀ 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 ਔਰ ਮਾਪੇ ਪਨੂੰ ਚਾਹੀਦਾ ਲਗਾਤਾਰ ਫੋਨ ਕਰਕੇ ਬੱਚਿਆਂ ਦੀ ਨਹੀਂ ਮਾਪਿਆਂ ਦਾ ਨਹੀਂ ਇਹਦੇ ਵਿੱਚ ਕੋਈ ਰੋਲ ਮੈਂ ਤਾਂ ਨੂੰ ਇੱਕ ਗੱਲ ਕਹ ਰਿਹਾ ਨਾ ਵੀ ਹਾਂ ਮਾਪਿਆਂ ਦਾ ਰੋਲ ਨਹੀਂ ਹੁੰਦਾ ਕੋਈ ਵਾਰ ਸੰਗਤ ਇਦਾਂ ਦੀ ਮਿਲ ਜਾਂਦੀ ਕਿ ਵਾਰ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਕਿਉਂਕਿ ਇੱਕ ਖੁੱਲ ਉੱਥੇ ਉਧਰ ਦੇ ਮੁਲਕਿਆਂ ਦੀ ਪੱਛਮੀ ਮੁਲਕਾਂ ਦੀ ਖੁੱਲ ਬਹੁਤ ਜੜੀ ਹੈ ਨਾ ਉਹ ਪ੍ਰਭਾਵ ਮੈਂ ਸਭ ਤੋਂ ਇਹ ਹਰ ਰਾਤ ਨੂੰ ਬੇਬੇ ਨੂੰ ਤਾਂ ਬੜਾ ਸ਼ੌਕ ਹੁੰਦਾ ਪੁੱਤਰ ਨਾਲ ਗੱਲ ਕਰਨ ਦਾ ਵੀ ਕੀ ਕਰਦਾ ਜਿਵੇਂ ਇੱਥੇ ਦੇਖਿਆ ਕਿਵੇਂ ਝਾੜਾ ਪੈਂਦੀ ਹੁੰਦੀ ਮੈਂ ਤੁਹਾਨੂੰ ਉਹੀ ਕਹਿੰਦਾ ਵੀ ਮੁੰਡਾ ਜਦੋਂ ਕਮਾਊ ਹੋ ਜਾਂਦਾ ਨਾ ਧੀ ਜਦੋਂ ਕਮਾਊ ਹੋ ਜਾਂਦੀ ਉਹ ਵੀ ਕੈਨੇਡਾ ਵਾਲੀ ਹੋ ਜਾਂਦੀ ਹੈ ਨਾ ਤੇ ਮਾਪੇ ਵੀ ਤੁਹਾਨੂੰ ਪਤਾ ਇਦਾਂ ਦੀ ਲੱਜ ਜਿਹੜਾ ਉਹ ਥੋੜਾ ਪਾ ਲੈਂਦੇ ਵੀ ਹੋਰ ਮੇਰਾ ਪੁੱਤ ਚਲੇ ਗਿਆ ਕੰਮ ਤੇ ਸੋ ਇਹ ਕਰਕੇ ਨਾ ਕਿ ਉਹਨਾਂ ਨੂੰ ਲੱਗਦਾ ਵੀ ਹੁਣ ਬਾਪੂ ਦਾ ਤੇ ਮਾਂ ਦਾ ਹੁਣ ਕੋਈ ਹੈ ਨਹੀਂ ਨਹੀਂ ਤੇ ਇੱਥੇ ਤੇ ਜੇ ਤੁਸੀਂ ਦੇਖਣਾ ਸਾਡਾ ਸਿਸਟਮ ਵੀ ਉਲਟਾ ਇੱਥੇ ਕੁੜੀ 10 ਮਿੰਟ ਲੇਟ ਹੋ ਜਾਵੇ ਕਾਲਜ ਤੋਂ ਤੇ ਮਾਂ ਬਾਹਰ ਨਿਕਲ ਜਾਂਦੀ ਪੇ ਰਵੇ ਵੇ ਵੇ ਗੱਘਿਆ ਕੁੜੀ ਆਈ ਨਹੀਂ ਬੱਸ ਖਰਾਬ ਹੋ ਗਈ ਫਲਾਣਾ ਫਿਰ ਨਾ ਹੀ ਜੋਂਦੇ ਕੁੜੀ ਨੂੰ ਕਦੇ ਮਤਲਬ ਬਹੁਤੇ ਕੇਸੇ ਚ ਹੁੰਦਾ ਅਸੀਂ ਕੁੜੀ ਨੂੰ ਇਹ ਨਹੀਂ ਪੁੱਛਦੇ ਨੇ ਵੀ ਕੁਝ ਪ੍ਰੋਬਲਮ ਹੋ ਗਈ ਹੈ ਕਿਥੇ ਸੀ ਹੈ ਨਾ ਉਹ ਫੇ ਕਹਿੰਦੇ ਵੀ ਬੱਸ ਖਰਾਬ ਹੋ ਗਈ ਸੀ ਕਿ ਅਸੀਂ ਕੈਨੇਡਾ ਭੇਜ ਦੱਤੀ ਕੁੜੀ ਹੁਣ ਉਹ ਕੱਲੀ ਆ ਸ਼ਿਫਟਾਂ ਲਾਉਂਦੀ ਸਾਰਾ ਕੁਝ ਕਰਦੀ ਆ ਉੱਥੇ ਗੌਣ ਬਾਪੂ ਆ ਇਹ ਇਹਦਾ ਸਾਹੀ ਆਪ ਦੇ ਪੈਰ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਆਪ ਦਾ ਘਗਾ ਚੱਕੀ ਦਾ ਆਪ ਦਾ ਢਿੱਡ ਨੰਗਾ ਹੋਣਾ ਉਹ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਖੁੱਲ ਕੇ ਆਉਂਦੀਆਂ ਪਰ ਹੈ ਨਹੀਂ ਹਾਉ ਆਪਾਂ ਕਹ ਲਈਏ ਕਿ ਹਰ ਕੋਈ ਹਾਂ ਹਰ ਕੋਈ ਉਦਾਂ ਦਾ ਨਹੀਂ ਹੁੰਦਾ ਤੇ ਹਰ ਕੋਈ ਇਦਾਂ ਦਾ ਵੀ ਨਹੀਂ ਹੁੰਦਾ। ਸਹੀ ਗੱਲ ਹੈ ਸਾਡੀ ਫੈਮਲੀਆਂ ਦੇ ਇਦਾਂ ਦੇ ਹੀ ਸੰਸਕਾਰ ਨੇ ਕਿ ਹਮੇਸ਼ਾ ਮਾਪੇ ਦਾ ਦਬਦਬਾ ਰਹਿੰਦਾ ਹੈ। ਮੈਂ ਆਪ ਤੁਹਾਨੂੰ ਦੱਸਦਾ। ਮੇਰੇ ਮਾਤਾ ਜੀ ਮੈਨੂੰ ਮਤਲਬ ਹਫ਼ਤੇ 'ਚ 2-3 ਵਾਰੀ ਥੱਪੜ ਪੈ ਜਾਂਦਾ ਹੈ ਮੇਰੀ ਮਾਂ ਕੋਲੋਂ। ਹਜੇ ਵੀ? ਆਹ ਬਈ ਹਾਂ। ਬਹੁਤ ਦਿਨ ਹੋ ਗਏ ਤੇਰੀ ਮਿੱਟੀ ਨਹੀਂ ਝਾੜੀ। ਆ ਤੈਨੂੰ ਮਿੱਟੀ ਝਾੜ। ਉਹ ਮੈਨੂੰ ਬੜਾ ਸਵਾਲ ਆਉਂ ਮਤਲਬ ਇਹ ਹੈ ਕਿ ਮਾਂ ਦਾ ਇਹਨੂੰ ਲਾੜ ਹੀ ਕਹਿ ਲੋ ਪਿਆਰ ਹੀ ਕਹਿ ਲੋ ਸਾਡੇ ਬਜ਼ੁਰਗ ਤਾਂ ਕਹਿੰਦੇ ਨੇ ਕਿ ਮਾਂ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ ਕਹਿੰਦੇ ਨੇ ਨਾ ਕਿ ਘਿਓ ਹੀ ਹੈ ਵੀ ਤਾਂ ਮਾਂ ਬਾਪ ਦਾ ਰਹਿੰਦਾ ਹੈ ਸੋ ਬਹੁਤ ਅੱਛਾ ਹੁੰਦਾ ਹੈ ਕਿ ਮਾਂ ਬਾਪ ਅੱਗੇ ਵਧਿਆ ਇਹ ਬੈਠ ਕੇ ਜੀ ਹੁਣ ਤੁਸੀਂ ਘਰੇ ਜਾ ਕੇ ਕਰ ਲਿਓ ਕਰ ਜਾ ਕਿਵੇਂ ਫਿਰ ਥੱਪੜ ਖਾਣਾ ਅੱਜ ਮਾਂ ਜੀ ਕੋਲੋਂ ਕਿਉਂਕਿ ਉਹਨਾਂ ਦੇ ਮੂਲ ਦਾ ਕੁਝ ਨਹੀਂ ਪਤਾ ਇੱਧਰ ਆ ਤੇਰੀ ਮਿੱਟੀ ਛਾੜ ਸੋ ਹੁਣ ਅੱਗੇ ਚੱਲਦੇ ਆ ਆ ਬੀਜੇਪੀ ਵਾਲਿਆਂ ਦੀ ਮਿੱਟੀ ਛਾੜੀ ਹੈ ਕਾਫੀ ਕੋਲੇ ਸੋਲੈਨੇ ਪਾਣੀ ਦਾ ਬਿਛਾਰਾ ਮਾਰ ਮਾਰ ਕੇ ਕਹਿੰਦੇ ਆਪਰੇਸ਼ਨ ਲੋਟਸ ਚੱਲਦਾ ਪਿਆ ਤੇ ਅੱਛਾ ਮੈਨੂੰ ਸਿਸਟਮ ਨਹੀਂ ਸਮਝ ਆਉਂਦਾ ਜਾ ਇਹ ਕਹਿ ਲੋ ਕਿ ਸਿਸਟਮ ਆਪਣੇ ਹਿਸਾਬ ਦੇ ਨਾਲ ਹੀ ਕਰ ਲੈਂਦੇ ਆ ਸਭ ਨੂੰ ਪਤਾ ਹੁੰਦਾ ਵੀ ਜੋ ਇਹ ਕਰਨ ਦੇ ਆ ਵੀ ਇਹ ਹੁਣ ਪਾਣੀ ਤਾਂ ਪੈਣਾ ਹੀ ਹੈ ਇਹਨਾਂ ਦੇ ਉੱਤੇ ਹਨਾ ਇਹ ਕਿਹੜਾ ਵੀ ਟੀਚਨ ਵਾਲਾ ਵੀ ਜਿਹਨੂੰ ਕੁੱਟਣਾ ਵੀ ਇਹਨਾਂ ਨੇ ਸਹੀ ਹੈ ਹਨਾ ਇਹਨਾਂ ਨੂੰ ਤਾਂ ਪਾਣੀ ਪੂਣੀ ਪਾ ਕੇ ਛੱਡ ਦੇਣਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਵੀ ਹੋਏਗਾ ਇਹਨਾਂ ਨੂੰ ਆਮ ਪਾਣੀ ਪੂਣੀ ਪਾ ਕੇ ਛੱਡਤਾ ਸੀ ਇਹਨਾਂ ਨੇ ਵੇਕਾਰੀ ਕੀਤਾ ਸੀਗਾ ਉਹ ਚਰੇ ਟੀਚਰ ਵੀ ਦੂਸਰੇ ਬਣੇ ਲੈ ਲੋ ਜਿਹੜੇ ਮੀਤ ਹੇਰ ਦੇ ਘਰ ਬਾਹਰ ਕਰਦੇ ਸੀ ਤੇ ਉਹਨਾਂ ਦੇ ਨਾਲ ਤੇ ਐਦਾਂ ਵੀ ਜਿਵੇਂ ਸ਼ਰੀਕ ਲੜਦੇ ਹੁੰਦੇ ਸਹੀ ਗੱਲ ਹੈ ਇਹ ਇਹ ਦੋ ਪਾਸੇ ਆ ਇਹ ਦੋ ਪਾਸਿਆਂ ਨੂੰ ਤੁਸੀਂ ਦੇਖ ਲਓ ਵੀ ਕਿਵੇਂ ਆ ਹਾਂ ਹਾਲਾਂਕਿ ਚਲੋ ਆਪਾਂ ਕਹਿਣਾ ਕਿ ਬੀਜਪੀ ਕਹਿੰਦੀ ਆ ਵੀ ਲਾ ਐਂਡ ਆਰਡਰ ਨਹੀਂ ਰਿਹਾ ਹਾਲਾਂਕਿ ਲਾ ਐਂਡ ਆਰਡਰ ਬੀਜਪੀ ਨੇ ਰੱਖਣਾ ਕਿ ਨਹੀਂ ਰੱਖਣਾ ਇਹ ਬੀਜਪੀ ਦੇ ਸਿਰ ਤੇ ਆ ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਜਦੋਂ ਬਨਵਾਰੀ ਲਾਲ ਪ੍ਰੋਹਿਤ ਹੁਣਾ ਨੇ ਇੱਕ ਇਹ ਕੋਈ ਨਿਆਣਾ ਦਾ ਖੇਲ ਨਹੀਂ ਵੀ ਤੁਸੀਂ ਪਹਿਲਾਂ ਪਰਮਿਸ਼ਨ ਦੇ ਦੋ ਤੇ ਐਨ ਮੌਕੇ ਤੁਸੀਂ ਪਰਮਿਸ਼ਨ ਖਾਰਜ ਕਰ ਹਾਂ ਸੋ ਇੱਕ ਵੀ ਵੱਡੀ ਵੱਡੀ ਗੱਲ ਆ ਉਹ ਕਹਿੰਦੇ ਜੇ ਅਸੀਂ ਸੁਪਰੀਮ ਕੋਰਟ ਤੇ ਵੀ ਜਾਵਾਂਗੇ ਇਹ ਫਿਰ ਇਹ ਇਹ ਚੀਜ਼ਾਂ ਜਿਹੜੀਆਂ ਨੇ ਨਾ ਦੇਖੋ ਕੀ ਕਹਿੰਦੇ ਆ ਨਾ ਵੀ ਦੁਸ਼ੀ ਦਾ ਆਪਾਂ ਪਹਿਲਾਂ ਵੀ ਕਹਿੰਦੇ ਸੀ ਆ ਵੀ ਜਿਹੜਾ ਨੀਵਾ ਹੈ ਉਹਦੇ ਲਈ سلوਕ ਵੱਖਰਾ ਆ ਤੇ ਜਿਹੜਾ ਉੱਚਾ ਉਹਦੇ ਲਈ سلوਕ ਵੱਖਰਾ ਹੁਣ ਪੋਲਿਟਿਕਲ ਜਿਹੜੇ ਲੋਕ ਨੇ ਉਹਨਾਂ ਲਈ سلوਕ ਵੱਖਰਾ ਤੇ ਜਿਹੜੇ ਈਟੀਟੀ ਟੈਟਪਾਸ ਜਿਹੜੇ ਨੇ ਉਹਨਾਂ ਲਈ سلوਕ ਵੱਖਰਾ ਐ ਐਕਚੁਅਲੀ ਭਾਰਤ ਦੇ ਵਿੱਚ ਦੋ ਨੇ ਨਾ ਇੱਕ ਇੰਡੀਆ ਹੈ ਇੱਕ ਭਾਰਤ ਭਾਰਤ ਹੈ ਵਾਕਿ ਇੰਡੀਆ ਵਾਸਤੇ سلوਕ ਵੱਖਰਾ ਉਹ ਵੱਡੀ ਹਾਈ ਕਲਾਸ ਜੈਂਟਰੀ ਆ ਔਰ ਭਾਰਤ ਵਾਸਤੇ سلوਕ ਵੱਖਰਾ ਉਹ ਸਾਡੇ ਵਰਗੇ ਨੇ ਸਾਡੇ ਵਰਗੇ ਨੇ ਜਿਹੜੇ ਕਿਸੇ ਗਿੰਤੀ ਚ ਕਿਸੇ ਕਲੱਬ ਵਿੱਚ ਨਹੀਂ ਆਉਂਦੇ ਕਿਸੇ ਕਲੱਬ ਵਿੱਚ ਉਹਨਾਂ ਨੂੰ ਕੋਈ ਐਂਟਰੀ ਨਹੀਂ ਹੁੰਦੀ ਹੈਨਾ ਸੋ ਗੱਲ ਇਹੀ ਹੈ ਹੁਣ ਉਧਰ ਆਪਰੇਸ਼ਨ ਨੋਟਿਸ ਦੇ ਖਿਲਾਫ ਚੱਲਿਆ ਕਿ ਮਾਨ ਸਾਹਿਬ ਕਹਿੰ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੇ ਵਿਧਾਇਕ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਕਹਿੰਦੇ ਕਿ ਸਾਡੇ ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਚੱਲੇ ਨੇ ਸੀਐਫ ਸਾਹਿਬ ਦੀ ਕੋਠੀ ਦਾ ਘਰਾਵ ਕਰਨ ਨੇ ਤੇ ਪਾਣੀ ਪਾੜ ਦਾ ਸ਼ਰਮਿੰਦਾ ਕਰਤਾ ਸ਼ਰਮ ਵਾਲ ਪਾਣੀ ਪਾਣੀ ਕਰਤਾ ਇਹ ਪਾਣੀ ਦੇ ਬਿਚਾਰਾਂ ਨਾਲ ਪਾਣੀ ਪਾਣੀ ਕਰਤਾ ਵਾਟਐਵਰ ਪਾਣੀ ਪਾਣੀ ਕਰ ਦਿੱਤਾ ਇਹ ਵੀ ਪਾਣੀ ਪਾਣੀ ਹੋ ਗਏ ਇਹ ਵੀ ਮਸਲਾ ਕਾਫੀ ਪਖਿਆ ਸੋ ਉਧਰ ਹੁਣ 27 ਤਰੀਕ ਨੂੰ ਫਿਕਸ ਕਰਦੇ ਪਏ ਨੇ ਕਿ ਜਿਹੜਾ اجلاس ਹੋਣਾ ਹੈ ਸਪੈਸ਼ਲ ਉਹਦੇ ਵਾਸਤੇ ਪ੍ਰੋਹਿਤ ਸਾਹਿਬ ਨੇ ਜਿਹੜਾ ਕੀਤਾ ਹੈ ਕੈਨਸਲ ਉਸ ਤਕਰੀਬਨ ਇਹੀ ਕਹਿ ਰਹੇ ਨੇ ਕਿ ਲੋਕਤੰਤਰ ਦਾ ਕਤਲ ਲੋਕਤੰਤਰ ਦਾ ਕਾਣ ਇਦਾਂ ਨਹੀਂ ਹੋਣਾ ਚਾਹੀਦਾ ਸੀ ਤੁਹਾਡੇ ਗੱਲ ਠੀਕ ਹੈ ਕਿ ਪਹਿਲਾਂ ਪਰਮਿਸ਼ਨ ਦਿਓ ਬਾਅਦ ਵਿੱਚ ਪਰਮਿਸ਼ਨ ਕੈਨਸਲ ਕਰ ਦਿਓ ਵਾਈ ਵੈਸੇ ਮੈਨੂੰ ਲੱਗਦਾ ਹੁੰਦਾ ਕਿ ਲੋਕਤੰਤਰ ਤੇ ਹੈ ਹੀ ਨਹੀਂ ਕਿਤੇ ਹੈਨਾ ਲੋਕਤੰਤਰ ਵਾਕੇ ਨਹੀਂ ਰਿਹਾ ਸਹੀ ਨਹੀਂ ਰਿਹਾ ਹੁਣ ਜੇ ਕੋਈ ਦੇਖੋ ਉਹਨਾਂ ਨੇ ਕਰਨਾ ਵੀ ਸੀਗਾ ਤੇ ਅੱਗੇ ਨਹੀਂ ਉਹ ਖਰਚੇ ਕਰਦੇ ਇਹ ਜ਼ਾਕੀ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਔਰ ਜੇ ਗਵਰਨਮੈਂਟ ਦੀ ਸਟੇਬਿਲਿਟੀ ਪ੍ਰੂਫ ਹੋ ਜਾਂਦੀ ਹੈ ਉਹਦੇ ਵਿੱਚ ਤੇ ਕੀ ਫਰਕ ਪੈਂਦਾ ਲੋਕਾਂ ਨੂੰ ਇੱਕ ਮੈਸੇਜ ਆਊਗਾ ਜਿਹੜੇ ਜਿਨ੍ਹਾਂ ਮੁਲਕਾਂ ਤੋਂ ਅਸੀਂ ਬਿਜ਼ਨਸ ਲੈਣ ਦੀ ਗੱਲ ਕਰ ਰਹੇ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਗਵਰਨਮੈਂਟ ਬਹੁਤ ਸਟੇ ਹੈ ਭਾਈ ਇਹ ਗਵਰਨਮੈਂਟ ਬੜੀ ਪ੍ਰੋਸਿੱਡ ਹੈਕਰ ਇਹਨੇ ਸੈੱਟ ਲੈਣਾ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਹੈ ਉਹਦੀ ਰਿਐਕਸ਼ਨ ਆਉਂਦੀ ਹੈ ਬਾਹਰੋਂ ਆਉਂਦੀ ਹੈ ਬਾਹਰ ਦੇ ਦੇਸ਼ਾਂ 'ਚ ਰਿਐਕਸ਼ਨ ਹੁੰਦੀ ਹੈ ਬਿਲਕੁਲ ਬਿਲਕਿਸਮਾਨੋ ਕੇਸ ਦੇ ਵਿੱਚ ਜਦੋਂ 11 ਦੇ 11 ਛੱਡ ਦਿੱਤੇ ਔਰ ਨੂਪੁਰ ਸ਼ਰਮਾ ਨੇ ਜਦੋਂ ਸਟੇਟਮੈਂਟਸ ਦਿੱਤੀਆਂ ਸੀ ਉਦੋਂ ਰਿਐਕਸ਼ਨ ਆਈ ਹੈ ਹਰ ਚੀਜ਼ ਦੀ ਕਿਸਾਨ ਅੰਦੋਲਨ ਦੀ ਕਿੱਡੀ ਵੱਡੀ ਰਿਐਕਸ਼ਨ ਆਈ ਹੈ ਸੋ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਘਟਨਾ ਹੋਏਗੀ ਬਾਹਰ ਦੀ ਏਜੰਸੀਜ਼ ਦੇਖਦੀਆਂ ਨੇ ਅਸੀਂ ਪੈਸਾ ਇਨਵੈਸਟ ਕਰਨਾ ਹੈ ਕਿ ਨਹੀਂ ਕਰਨਾ ਕਿਉਂਕਿ ਕੋਈ ਵੀ ਬਿਜ਼ਨਸਮੈਨ ਖੂਚ ਪੈਸਾ ਦਾ ਸੁੱਟੇਗਾ ਨਹੀਂ ਉਹਨੂੰ ਰਿਟਰਨ ਚਾਹੀਦੀ ਹੈ ਜੇ ਪੰਜਾਬ ਦਾ ਸਿਨੈਰੀਓ ਤੁਸੀਂ ਇਦਾਂ ਦਾ ਪੇਸ਼ ਕਰਦੇ ਹੋ ਕਿ ਇੱਥੇ ਸਟੇਬਿਲਿਟੀ ਨਹੀਂ ਹੈ ਪੋਲਿਟੀਕਲ ਇਨਸਿਕਿਉਰਟੀ ਹੈ ਤਾਂ ਕੋਣ ਆਏਗਾ ਇੱਥੇ ਪੈਸੇ ਇਨਵੈਸਟ ਕਰਨ ਵਿਦੇਸ਼ਾਂ ਤੇ ਕਿਹੜੀ ਕੰਪਨੀ ਆਉਣਗੀਆਂ BMW ਤਾਂ ਪਹਿਲਾਂ ਹੀ ਮਨਾਂ ਘਰ ਚੁੱਕੀ ਹੈ ਕਿ ਨਹੀਂ ਅੱਛਾ ਉਹਦਾ ਤਾਂ ਪਤਾ ਹੀ ਵੀ ਨਹੀਂ ਲੱਗਾ ਵੀ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਸਮਝ ਵੀ ਨਹੀਂ ਆਈ ਅੱਛਾ ਜਿੱਦਾਂ ਹੁਣ ਤੁਸੀਂ ਕਹਿੰਦੇ ਵੀ 27 ਨੂੰ ਹੁਣ ਦੇਖੋ ਜੇ ਉਹਨਾਂ ਨੇ ਪਹਿਲਾਂ ਨਹੀਂ ਕੀਤਾ 22 ਨੂੰ ਨਹੀਂ ਕੀਤਾ ਤੇ ਹੁਣ 27 ਨੂੰ ਹੋ ਜਾਊਗਾ ਇਜਲਾਸ ਤੇ ਹੋ ਹੀ ਰਿਹਾ ਹੋ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਗਵਰਨਮੈਂਟ ਨਾ ਕਰੇ ਪਰ ਇੱਥੇ ਦੇਖਣ ਦੀ ਗੱਲ ਹੈ ਕਿ ਲੋਕਤੰਤਰ ਨੂੰ ਆਪਣੇ ਮੁਤਾਬਕ ਸਰਕਾਰਾਂ ਚਲਾਉਂਦੀਆਂ ਨੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਆਪਣੀ ਸਹੂਰਤ ਦੇ ਮੁਤਾਬਕ ਜਿਹੜੇ ਨੇ ਇਹ ਇਹਨਾਂ ਨੂੰ ਲਾਦਾ ਕਿ ਅਸੀਂ ਕੰਮ ਕਰਦੇ ਹਾਂ ਪਰਿਭਾਸ਼ਾ ਸਾਡੀ ਸਹੂਲਤ ਦੇ ਮੁਤਾਬਕ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਹਰ ਚੀਜ਼ ਦੀ ਪਰਿਭਾਸ਼ਾ ਸਹੂਲਤ ਦੇ ਮਨਗਾਂ ਬਖੋਣੀ ਸ਼ੁਰੂ ਹੋ ਗਈ ਆ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸੈਂਟਰਲ ਦੀਆਂ ਏਜੰਸੀਆਂ ਕੇਂਦਰੀ ਏਜੰਸੀਆਂ ਦੀ ਗੱਲ ਕਰਦੇ ਹਾਂ ਚਾਹੇ ਉਹ ਇੰਟੈਲੀਜੈਂਸ ਹੈ ਚਾਹੇ ਈਡੀ ਹੈ ਚਾਹੇ ਉਹ ਕੋਈ ਸੀਬੀਆਈ ਹੈ ਚਾਹੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਉਹ ਸੈਂਟਰ ਆਫ ਦੀ ਮਰਜ਼ੀ ਦੇ ਨਾਲ ਹੀ ਦਿਲਦਾ ਕਿ ਲਾਗੂ ਕਰੀ ਜਾਂਦਾ ਸਹੀ ਹੈ ਸੀਬੀਆਈ ਨੂੰ ਤਾਂ ਅਸੀਂ ਪਹਿਲਾਂ ਕਹਿੰਨੇ ਸੀ ਵੀ ਉਹ ਕੇਂ ਤੇ ਉਹ ਹੁਣ ਮੈਨੂੰ ਲੱਗਦਾ ਕਿ ਬਾਕੀ ਏਜੰਸੀਆਂ ਵੀ ਕੁਝ ਇਦਾਂ ਦੀਆਂ ਹੋ ਗਈਆਂ ਪਰ ਇਹਨਾਂ ਨੂੰ ਇੰਨਾ ਇੰਨਾ ਐਕਸਪਲੋਇਟ ਨਹੀਂ ਕੀਤਾ ਜਾਣਾ ਚਾਹੀਦਾ ਕਿ ਲੋਕਾਂ ਦਾ ਇਹਨਾਂ ਤੋਂ ਜਿਹੜਾ ਭਰੋਸਾ ਉੱਠ ਜਾਵੇ ਤੇ ਜਿਹੜਾ ਹੁਣ ਮੈਨੂੰ ਲੱਗਦਾ ਕਿ ਉੱਠਣ ਡਿਆ ਆ ਲੋਕਾਂ ਨੂੰ ਲੱਗਦਾ ਹੈ ਕਿ ਐਸਾ ਕੀ ਬੀਜੇਪੀ ਚ ਰੱਖਿਆ ਜਿਹੜੇ ਕਾਲੇ ਕਾਂ ਵੜਦੇ ਤੇ ਚਿੱਟੇ ਉਹ ਨਿਕਲਦੇ ਆ ਯਾਨਕਿ ਤੁਹਾਡੇ ਤੇ ਪਹਿਲਾਂ ਈਡੀ ਸ਼ਾਪਾ ਮਾਰਦੇ ਨੇ ਕਹਿੰਦੇ ਤੁਸੀਂ ਕਰੋਨਾ ਦੇ ਮਾਲਕ ਹੋ ਤੇ ਜਦੋਂ ਤੁਸੀਂ ਈਡੀ ਬੀਜੇਪੀ ਚ ਸ਼ਾਮਲ ਹੋ ਜਣੇ ਉਦੋਂ ਤੁਹਾਡੇ ਕੋ ਕਰੋੜ ਰੁਪਏ ਦੀਦਾ ਹੀ ਨਹੀਂ ਕਿਤੇ ਹੁਣ ਇਹ ਆ ਗੱਲ ਆ ਨਾ ਵੀ ਐਡਾ ਕੀ ਆ ਬੀਜੇਪੀ ਦੇ ਵਿੱਚ ਤੁਸੀਂ ਦੇ ਹਰ ਚੀਜ਼ ਬਿਲਕੁਲ ਖੁੱਲੀ ਹੈ ਓਪਨ ਹੋ ਚੁੱਕੀ ਜਿਹਨੂੰ ਆਪਾਂ ਕਹਿੰਦੇ ਨੰਗਾ ਸੱਚ ਸਭ ਨੂੰ ਸਭ ਕੁਝ ਪਤਾ ਹੈ ਕਿ ਇਹ ਕੀ ਕਰਦੇ ਨੇ ਪਾਰਟੀਆਂ ਕੀ ਕਰਦੀਆਂ ਨੇ ਪਾਰਟੀਆਂ ਦੇ ਵਿਧਾਇਕ ਕੀ ਕਰਦੇ ਨੇ ਪਾਰਟੀ ਦਾ ਆਪਣਾ ਫੰਡ ਕਿੰਨਾ ਹੈ ਕਿਸੇ ਨੂੰ ਪਤਾ ਹੈ ਕਿਸ ਪਾਰਟੀ ਕੋਲ ਕਿੰਨਾ ਫੰਡ ਹੈ ਵਕਤ ਉਹ ਜੋ ਅਸੀਂ ਇਨਫੋਰਮੇਸ਼ਨ ਲੈਣੇ ਆ ਉਸ ਸਾਡੇ ਹੱਕ ਤੋਂ ਵੀ ਅੱਛਾ ਮੈਂ ਮੈਨੂੰ ਫਿਰ ਇੱਕ ਬੰਨੇ ਇਹ ਵੀ ਲੱਗਦਾ ਵੀ ਹੁਣ ਮਮਤਾ ਬੈਨਰਜੀ ਦੀ ਉਤੇ ਜਿਹੜੀ ਐਜੰਸੀਆਂ ਨੇ ਉਹ ਉਹ ਕਰ ਰਹੀਆਂ ਨੇ ਈਡੀ ਕਰ ਰਹੀ ਆ ਕਹਿੰਦੇ ਜੀ ਕਿ ਮਮਤਾ ਬੈਨਤੀ ਤੇ ਬਹੁਤ ਪੈਸਾ ਆ ਉਹਨਾਂ ਦੇ ਭਰਾ ਉਹਨਾਂ ਦੀ ਭਾਬੀਆਂ ਦੇ ਕੋਲ ਆਮਦਨ ਤੋਂ ਵੱਧ ਪੈਸਾ ਆ ਅੱਜ ਆ ਗਿਆ ਪੈਸਾ ਉਹਨਾਂ ਕੋਲ ਇੱਕ ਦਿਨ ਬਾਅਦ ਬਾਅਦ ਹੋ ਗਿਆ ਪੈਸਾ ਉਦੋਂ ਤੱਕ ਪਤਾ ਨਹੀਂ ਲੱਗਦਾ ਬਣਾ ਉਦੋਂ ਤੱਕ ਪਤਾ ਨਹੀਂ ਲੱਗਦਾ ਤੁਹਾਨੂੰ ਕਿਉਂਕਿ ਇਦਾਂ ਲੱਗਦਾ ਕਿ ਜਿਹਨਾਂ ਨਾਲ ਤੁਹਾਡੀ ਦੁਸ਼ਮਣੀ ਆ ਹੁਣ ਹੁਣ ਤੁਸੀਂ ਦੇਖੋ ਮੈਂ ਬਲਕਾਰ ਜੀ ਨਾਲ ਵੀ ਅੱਜ ਗੱਲ ਕਰਨ ਡਿਆ ਸੀ ਮੈਂ ਉਹਨਾਂ ਨੇ ਪੁੱਛਦਾ ਸੀਗਾ ਵੀ ਭਈ ਇਹ ਸਾਰੇ ਜਿਹੜੇ ਜਿਹੜੇ ਪਾਪ ਇਹ ਇਹ ਓਪੋਜੀਸ਼ਨ ਹੀ ਕਰੀ ਜਾਂਦੀ ਹੈ ਕਿ ਜਿਹੜੇ ਜਿਹੜੇ ਹੁਣ ਸੱਤਾ ਧਾਰੀ ਹੈ ਉਹਨਾਂ ਦੇ ਕੋਈ ਪਾਪ ਹੀ ਨਹੀਂ ਹੈਗੇ ਉਹਨਾਂ ਦੀ ਕੋਈ ਇਨਕੁ ਬੜੇ سارے ਨਾਸਿਕ ਜਿਹੜੇ ਇਹਨਾਂ ਨੇ ਹੁਣ ਚੁੱਪੀ ਕਰਾ ਰੱਖੇ ਵੀ ਕਿਤੇ ਹੁਗਾਇ ਹੈ ਨਹੀਂ ਆ। ਇਹੀ ਗੱਲ ਤਾਂ ਸੋਚਣ ਵਾਲੀ ਹੈ। ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਡੈਮੋਕ੍ਰੇਸੀ ਨਹੀਂ ਰਹੀ। ਹੁਣ ਜਿਸ ਚੀਜ਼ ਨੂੰ ਅਸੀਂ ਪਰਿਭਾਸ਼ਾ ਦੇਣਾ ਚਾਹੁੰਦੇ ਆ ਉਹਨੂੰ ਅਸੀਂ ਉਦਾਂ ਹੀ ਪਰਿਭਾਸ਼ਾ ਦੇਵਾਂਗੇ। ਦੇਖੋ ਇੱਕ ਗੱਲ ਹੈ। ਹੁਣ ਇੱਕ ਸ਼ਬਦ ਹੈ। ਉਸ ਸ਼ਬਦ ਦਾ ਇੱਕ ਅਰਥ ਹੈ ਜੋ ਐਕਚੁਅਲ ਅਰਥ ਹੈ। ਉਹ ਤੁਹਾਨੂੰ ਵੀ ਨਹੀਂ ਪਤਾ ਉਹ ਮੈਨੂੰ ਵੀ ਨਹੀਂ ਪਤਾ ਆਪਾਂ ਤੁਸੀਂ ਬਹਿਸ ਕਰੇ ਜਾਵਾਂਗੇ ਇਦਾਂ ਇਹ ਮਤਲਬ ਹੈ ਤੁਸੀਂ ਕਹੋਗੇ ਮੈਂ ਕਹੂੰਗਾ ਨਹੀਂ ਇਦਾਂ ਇਹ ਮਤਲਬ ਹੈ ਜਦੋਂ ਅਸੀਂ ਦੋਵੇਂ ਉਸ ਐਕਚੁਅਲ ਅਰਥ ਤੇ ਪਹੁੰਚ ਜਾਵਾਂਗੇ ਤਾਂ ਬਹਿਸ ਬੰਦ ਹੋ ਜਾਂਦੀ ਤੁਹਾਨੂੰ ਵੀ ਪਤਾ ਲੱਗ ਗਿਆ ਉਸ ਸ਼ਬਦ ਦਾ ਅਸਲੀ ਮੀਨਿੰਗ ਕੀ ਹੈ ਮੈਨੂੰ ਵੀ ਪਤਾ ਲੱਗ ਗਿਆ ਪਰ ਇੱਥੇ ਜਦੋਂ ਅਰਥ ਨੂੰ ਟਵਿਸਟ ਕਰਦੇ ਹੋ ਤਾਂ ਫਿਰ ਬਹਿਸ ਹੀ ਚੱਲਣੀ ਹੈ ਬਹਿਸ ਹੀ ਚੱਲਣੀ ਹੈ ਅਰਥ ਕੀ ਹੈ ਜੋ ਮੈਂ ਕਹਿਣਾ ਤੁਸੀਂ ਕੱਲ ਇਹ ਕਰ ਰਹੇ ਸੀ ਨਹੀਂ ਕੱਲ ਮੈਨੂੰ ਉਹ ਸੂਟ ਕਰਦਾ ਸੀ ਅੱਜ ਮੈਨੂੰ ਇਹ ਅਰਥ ਸੂਟ ਕਰਦਾ ਅੱਜ ਦਾ ਇਹ ਅਰਥ ਹੈ ਮਤਲਬ ਰੋਜ਼ ਹੀ ਤੁਸੀਂ ਇੱਕ ਚੀਜ਼ ਦੇ ਅਰਥ ਬਦਲੋਗੇ ਤਾਂ ਡਿਬੇਟ ਕੀ ਹੈ ਉੱਥੇ ਤਾਂ ਇੱਕ ਦੂਜੇ ਦੇ ਲੋਕੀ ਕੱਪੜੇ ਫਾੜ ਦੇਣਗੇ ਇਦਾਂ ਦੀ ਡਿਸਕਸ਼ਨ ਹੋਣੀ ਸ਼ੁਰੂ ਹੋ ਜਾਣਗੀ ਅਸੀਂ ਦੇਖਦੇ ਹੀ ਪਏ ਆ ਜਿਹੜਾ ਇਹ ਡੀਸੀਪੀ ਡੋਗਰਾ ਦਾ ਕੇਸ ਹੋਇਆ ਹੈ ਕੇ ਨਾਲ ਅਮਨ ਅਰੋੜਾ ਬਹਿਸਬਾਜ਼ੀ ਅੱਛਾ ਤੁਸੀਂ ਹੀ ਬੜਾ ਇਹਦੇ ਵਿੱਚ ਦਿਲਚਸਪੀ ਲੈਣ ਲਈ ਮੈਂ ਦੇਖਿਆ ਮੈਂ ਮੈਨੂੰ ਲੱਗਦਾ ਸੀ ਕਿ ਮੁੱਦਾ ਨਹੀਂ ਹੈ ਵੀ ਡਿਸਕਸ ਨਹੀਂ ਕਰਨਾ ਮੈਂ ਪੜ੍ਹ ਵੀ ਨਹੀਂ ਸੀ ਰਿਹਾ ਇਸ ਮੁੱਦੇ ਬਾਰੇ ਜਸਟ ਹੈਡਲਾਈਨਸ ਹੀ ਪੜ੍ਹ ਰਿਹਾ ਸੀਗਾ ਕਿ ਕਿੰਨਾ ਸ਼ੁਰੂਆਤ ਹੋਈ ਇਹਨਾਂ ਦੇ ਮੁੱਦੇ ਗੱਲ ਤੇ ਦੇਖੋ ਗੱਲ ਤੇ ਸਿਰਫ ਇਹ ਕੋਈ ਪ੍ਰਾਪਰਟੀ ਮੈਟਰ ਹੈ ਉਹਦੇ ਵਿੱਚ ਕੋਈ ਇਹਨਾਂ ਨੇ ਮੈਨੂੰ ਇਹਨਾਂ ਪਤਾ ਸੀ ਵੀ ਕੰਪਨੀ ਬਾਗ ਆਪਾਂ ਜਲੰਧਰ ਬੈਠੇ ਆ ਤੇ ਕੰਪਨੀ ਬਾਗ ਕੋਈ ਦੁਕਾਨ ਸੀ ਜਿੱਦਾ ਜਿੱਦੀ ਲੜਾਈ ਚੱਲਦੀ ਸੀ ਪ੍ਰਾਪਰਟੀ ਮੈਟਰ ਹੈ ਹੂੰ ਉਹਦੇ ਵਿੱਚ ਉਹ ਬਹਿਸ-ਬਾਜ਼ੀ ਹੋ ਗਈ ਉਹਦੇ ਵਿੱਚ ਉਹ ਫੋਨ ਤੇ ਉੱਤੇ ਵੀ ਤੂੰ ਥੋੜਾ ਕੋਈ ਉਸ ਤੋਂ ਬਾਅਦ ਆਪਸ ਦੇ ਵਿੱਚ ਆਪਸ ਨੂੰ ਸਾਹਮਣੇ ਬਹਿਸ-ਬਾਜ਼ੀ ਹੋ ਗਈ ਫਿਰ ਇੱਕ ਹੋਟਲ ਦੇ ਵਿੱਚ ਬਹਿ ਕੇ ਸਾਰੀ ਰਾਤ ਮੀਟਿੰਗ ਹੁੰਦੀ ਰਹੀ ਔਰ ਪੁਲਿਸ ਦੇ ਹਾਈ ਅਫੀਸ਼ੀਅਲਸ ਵੀ ਇਨਵੋਲਡ ਅੱਛਾ ਡੀਸੀਪੀ ਜੀ ਸਾਹਿਬ ਬੈਠੇ ਉਸ ਇੱਕ ਹੋਟਲ ਦੇ ਵਿੱਚ ਤੇ ਡੋਗਰਾ ਉਸ ਤੋਂ ਬਾਅਦ ਜਦੋਂ ਰਾਜ਼ੀਨਾਮੇ ਵਾਸਤੇ ਪ੍ਰੈਸ਼ਰ ਹੋਇਆ ਕਿਉਂਕਿ ਪਹਿਲਾਂ ਤੇ ਜਿਹੜੇ ਇਹ ਅਮਨ ਅਰੋੜਾ ਜੀ ਨੇ ਇਹਨਾਂ ਦੇ ਸਾਰੇ ਵਿਧਾਇਕ ਔਰ ਪੁਲਿਸ ਦੇ ਉੱਤੇ ਪ੍ਰੈਸ਼ਰ ਔਰ ਐਦਾਂ ਕਰਉਂਦਾ ਦੇ ਖਿਲਾਫ ਐਫ ਆਈ ਆਰ ਕਰੋ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਸਾਡੇ ਅਮਨ ਅਰੋੜਾ ਜੀ ਦੇ ਉੱਤੇ ਫਿਰ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ACP ਨਾਲ ਉਹ سلوਕ ਕੀਤਾ ਜਾ ਰਿਹਾ ਜੋ ਬਿਲਕੁਲ ਨਹੀਂ ਕਰਨਾ ਚਾਹੀਦਾ ਕਮ ਸੇ ਕਮ ਸੰਵਿਧਾਨ ਦੀ ਡਿਗਨਿਟੀ ਦਾ ਦੇਖੋ ਕਿ ਸੰਵਿਧਾਨ ਦੇ ਮੁਤਾਬਿਕ ਉਹਨਾਂ ਨੂੰ ਕੀ ਪੋਸਟ ਦਿੱਤੀ ਗਈ ਹੈ DCP ਨਾਲ ਇਦਾਂ ਦਾ ਉਹਨਾਂ ਨੂੰ ਜ਼ਮੀਨ ਤੇ ਬਿਠਾਓਗੇ ਤੁਸੀਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਫਿਰ ਬੈਕਫੁੱਟ ਤੇ ਹੋ ਗਏ ਫਿਰ ਪੁਲਿਸ ਫਰੰਟਫੁੱਟ ਤੇ ਆ ਗਈ ਫਿਰ ਜਦੋਂ ਪੂਰਾ ਪ੍ਰੈਸ਼ਰ ਹੋ ਗਿਆ ਫਿਰ ਜੀ ਸਲਾਹ ਕਰੋ ਜੀ ਫਿਰ ਜੀ ਸਾਡੀ ਸਲਾਹ ਕਰਵਾ ਦਿਓ ਜੀ ਅੱਛਾ ਹੁਣ ਫਿਰ ਹੁਣ ਤੇ ਕਹਿੰਦੇ ਆ ਵੀ ਅੱਜ ਅੱਜ ਮੈਂ ਡੋਗਰਾ ਸਾਹਿਬ ਡੋਗਰਾ ਸਾਹਿਬ ਨੂੰ ਤਬਾਦਲਾ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ ਪਰ ਉਹਨਾਂ ਦੀ ਟ੍ਰਾਂਸਫਰ ਹੋ ਗਈ ਆ ਸੋ ਇਧਰ ACP ਸਾਹਿਬ ਟ੍ਰਾਂਸਫਰ ਹੋਏ ਉਹ ਅਮਨ अरोड़ा ਸਾਹਿਬ ਆਪਣੇ ਜਿਹੜੀ ਉਹਨਾਂ ਦੀ ਸਾਰੇ ਗਰੁੱਪ ਹੈ ਐਕਚੁਅਲੀ ਉਹਨਾਂ ਨੇ ਇੱਕ ਵਾਰੀ ਇਹ ਵੀ ਤਾਂ ਦਿਖਾ ਦਿੱਤਾ ਕਿ ਸਾਡਾ ਪ੍ਰੈਸ਼ਰ ਪਰ ਮੈਂ ਇਹ ਹੀ ਸੋਚ ਰਿਹਾ ਸੀਗਾ ਵੀ ਵੈਸੇ ਤਾਂ ਅਸੀਂ ਕਰਨੇ ਕੀ ਬਿਊਰੋਕ੍ਰੇਸੀ ਬਹੁਤ ਹੈ ਇਸ ਸਮੇ ਇਹ ਸਾਰੇ ਕਿਉਂ ਨਹੀਂ ਆਏ ਕਿਉਂਕਿ ਬਹੁਤ ਦੇਖੋ ਦੇਖੋ ਗੱਲ ਇਹ ਹੈ ਕਿ ਜਿਹੜੀ ਪੁਲਿਸ ਆ ਪ੍ਰਸ਼ਾਸਨ ਹੈ ਉਹ ਫਿਰ ਵੀ ਇੱਕ ਦੇ ਆਰ ਬਾਈਂਡਡ ਬਾਈ ਦਾ ਬੁੱਕ ਜੋ ਬੁੱਕ ਦੇ ਵਿੱਚ ਉਹਨਾਂ ਨੂੰ ਰੂਲਸ ਮਿਲਦੇ ਉਹਨਾਂ ਨੂੰ ਉਹਦੇ ਪਤਾ ਕੋਈ ਚੱਲਣਾ ਹੀ ਪੈਣਾ ਬਿਕਾਜ਼ ਇਟ ਇਜ਼ देयर ਜੌਬ ਇਨਾਂ ਦੇ ਕੋਈ ਰੂਲਸ ਨਹੀਂ ਹੈਗੇ ਮੇਰੇ ਐਮਐਲ ਪਪਾ ਉਹ ਤਾਂ ਵੀ ਗੱਲ ਕਰਦੇ ਸੀ ਵੀ ਇਹ ਡੀ ਐ ਉਹ ਤਾਂ ਹਾਇਰਸ ਵਿਚਾਰੇ ਕਲੀਅਰ ਕਰਦੇ ਪੀਸੀਐਸ ਦਾ ਪੇਪਰ ਵੀ ਕਲੀਅਰ ਕਰਦੇ ਆ ਇਹਨਾਂ ਨੇ 10ਵੀਂ ਦਾ ਵੀ ਨਹੀਂ ਕਲੀਅਰ ਕੀਤਾ ਹੁੰਦਾ ਤੇ ਫਿਰ ਗੱਲਾਂ ਉਹਨਾਂ ਦੇ ਨਾਲ ਬਹਿ ਕੇ ਕਰਦੇ ਆ ਇਹ ਇੱਕ ਤਾਂ ਕਹਿੰਦੇ ਹੁੰਦੇ ਨਾ ਵੀ ਆ ਹੋਈ ਰੱਬ ਬਣਾਈ ਜੋੜੀ ਹੁਣ ਕੀ ਕਹਿ ਸਕਦੇ ਆ ਵੀ ਜਿੱਦਾਂ ਨਾ ਮਸਟ ਨੋਟ ਸੇ ਬਟ ਇਕਾਈ ਕਿਉ ਲੈਵਲ ਹੁੰਦਾ ਹੈ ਆਈਕਿਊ ਲੈਵਲ ਦਾ ਫਰਕ ਪੈਂਦਾ ਇੱਕ ਬੰਦੇ ਦਾ ਫਰਕ ਪੈਂਦਾ ਤੁਸੀਂ ਦੇਖੋ ਇੱਕ ਬੰਦਾ ਕਿੱਥੇ ਤੱਕ ਪੜਿਆ ਹੋਇਆ ਆলেম ਫਾਜ਼ਿਲ ਕਿੱਥੇ ਕਿੱਥੇ ਵੱਡੇ ਵੱਡੇ ਕੰਪੀਟੀਸ਼ਨਸ ਐਗਜ਼ਾਮਸ ਔਰ ਕਿੱਥੇ ਕਿੱਥੇ ਉਹ ਕੰਮ ਕਰਦਾ ਪਿਆ ਇੱਕ ਬੰਦਾ ਠੀਕ ਹੈ ਉਹ ਕਿਸ ਕੋਈ ਵੀ ਹਾਲਾਤ ਰਹੇ ਹੋਣਗੇ ਸਾਡੇ ਦੇਸ਼ ਦੇ ਵਿੱਚ ਜਿੱਦਾਂ ਦੇ ਹਾਲਾਤ ਨੇ ਕਿਸੇ ਨੂੰ ਪੜਨ ਦਾ ਮੌਕਾ ਨਹੀਂ ਹੁੰਦਾ ਨਹੀਂ ਨਹੀਂ ਇਹ ਜਿਹੜੇ ਪੋਲਿਟਿਕਸ ਪੋਲਿਟਿਸ਼ੀਅਨਸ ਹੁੰਦੇ ਮੈਂ ਤਾਂ ਉਧਰ ਵੀ ਤਾਂ ਦੱਸਿਆ ਬੜੀ ਪ੍ਰਿਵੀਲੇਜ ਫੈਮਲੀਆਂ ਤੋਂ ਆ। ਜਦ ਜਦੋਂ ਆ ਜਾਂਦੇ ਨੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਤੁਸੀਂ ਦੇਖੋ ਮਤਲਬ ਐਦਾਂ ਦੀਆਂ ਗੱਲਾਂ ਛਾਪੇ ਮਾਰੋ ਥਾਂ ਥਾਂ ਤੇ ਜਾ ਕੇ ਕਿਸੇ ਟੀਚਰਸ ਨਾਲ ਕਿਦਾਂ ਤੁਸੀਂ ਗੱਲ ਕਰ ਰਹੇ ਹੋ ਹੈਨਾ ਇਹ ਸਭ ਚੀਜ਼ਾ ਹੁਣ ACP ਕਮ ਸੇ ਕਮ ਬੰਦਾ ਦੇਖਦਾ ਤਾਂ ਹੈ ਕਿ ਮੈਂ ਕਰਦਾ ਕੀ ਪਿਆ। ਅਬ ACP ਲੈਵਲ ਦਾ ਬੰਦਾ ਤੁਸੀਂ ਤੂੰ ਤੜਾਕਾ ਕਰਕੇ ਗੱਲ ਕਰੋਗੇ ਡਸ ਨਾਟ ਵਰਥ ਯਾਰ ਚੰਗਾਈ ਨਹੀਂ ਲੱਗਦਾ ਬੰਦਾ। ਕਿਰਪਾ ਕੋਮ ਫਿਰ ਕਿਉਂ ਗੱਲ ਆ ਜਾਂਦੀ ਜਿਹੜੀ ਬੁਰੀ ਲੱਗ ਸਕਦੀ ਆਈਕਿਊ ਲੈਵਲ ਦੀ ਫਿਰ ਗੱਲ ਆ ਜਾਏਗੀ ਕਿ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ ਦੇਖੋ ਤੁਸੀਂ ਜਿੱਥੇ ਵੀ ਹੈਗੇ ਹੋ ਜਾਂ ਜਿਸ ਵੀ ਹਾਲਾਤੇ ਚ ਪੈਦਾ ਹੋਏ ਹੋ ਜਿਸ ਵੀ ਹਾਲਾਤੇ ਚ ਪੜੇ ਹੋ ਵੱਡੀ ਫੈਮਿਲੀ ਤੋਂ ਵੀ ਹੋ ਸਕਦੇ ਹੋ ਛੋਟੀ ਫੈਮਿਲੀ ਤੋਂ ਵੀ ਹੋ ਸਕਦੇ ਹੋ ਸਟਰਗਲ ਕਰਕੇ ਵੀ ਸਾਹਮਣੇ ਆ ਸਕਦੇ ਹੋ ਗੱਲ ਇਹ ਹੈ ਕਿ ਜਿੱਥੇ ਤੁਸੀਂ ਇਸ ਵਕਤ ਪੋਜੀਸ਼ਨ ਤੇ ਪਹੁੰਚੇ ਹੋ ਤੁਸੀਂ ਉਸ ਪੋਜੀਸ਼ਨ ਤੇ ਪਹੁੰਚ ਕੇ ਤੁਸੀਂ ਕਿੰਨਾ ਕੁ ਲਰਨ ਕਰਦੇ ਤੁਰਿਆ ਰਹੇ ਹੋ ਤੁਸੀਂ ਗੱਲ ਕਰਨ ਦਾ ਤਰੀਕਾ ਦੇਖੋ ਠੀਕ ਹੈ ਸਾਡੇ ਸਾਹਮਣੇ ਡਾਕਟਰ ਮਨਮੋਹਨ ਸਿੰਘ ਜੀ ਦੀ ਐਗਜ਼ਾਮਪਲ ਹੈ ਬੜੀ ਸਧਾਰਨ ਫੈਮਿਲੀ ਤੋਂ ਉਤਰੇ ਕਿੱਥੇ ਤੱਕ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਦੇਖੋ ਠੀਕ ਹੈ ਡਾਕਟਰ ਭੀਮrao ਅੰਬੇਦਕਰ ਸਧਾਰਨ ਫੈਮਿਲੀ ਤੋਂ ਉਤਰੇ ਕਿੰਨੀ ਸਟਰਗਲ ਕਰਕੇ ਕਿੱਥੇ ਤੱਕ ਪਹੁੰਚੇ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਦੇਖੋ ਹਰੇਕ ਬੰਦਾ ਐਜੂਕੇਟ ਕਰਦਾ ਆਪਣੇ ਆਪ ਨੂੰ ਐਜੂਕੇਸ਼ਨ ਸਿਰਫ ਇਹ ਨਹੀਂ ਕਿ ਸਕੂਲਾਂ ਕਾਲਜਾਂ ਦੇ ਵਿੱਚ ਹੈ ਲਾਈਫ ਦੇ ਵਿੱਚ ਹਰ ਵੇਲੇ ਐਜੂਕੇਸ਼ਨ ਆ ਤੁਸੀਂ ਤਿਆਰ ਹੋਣੇ ਚਾਹੀਦੇ ਹੋ ਸਟੂਡੈਂਟ ਬਣਨ ਵਾਸਤੇ ਵਾਕਿਆ ਕੀ ਤੁਸੀਂ ਤਿਆਰ ਹੋ ਕਿਉਂਕਿ ਕਿਉਂਕਿ ਚੰਗੇ ਸਾਬਤ ਡਾਇਰੈਕਟ ਆ ਗਏ ਨੇ ਕਿਉਂਕਿ ਜੇਕਰ ਆਪਾਂ ਗੱਲ ਕਰਦੇ ਆ ਨਾ ਵੀ ਚੰਗੇ ਇਨਸਾਨ ਜਾਂ ਫਿਰ ਜ਼ਿੰਮੇਵਾਰ ਨਾਗਰਿਕ ਬਣਨਾ ਤਾਂ ਉਹਦੇ ਲਈ ਵੀ ਐਜੂਕੇਟ ਹੋਣਾ ਬਹੁਤ ਜ਼ਰੂਰੀ ਆ ਬਿਲਕੁਲ ਜ਼ਰੂਰੀ ਆ ਔਰ ਉਮੀਦ ਆ ਕਿ ਤੁਸੀਂ ਉਹਨਾਂ ਕ ਕਰ ਲੈਂਦੇ ਹੋਵਾਂਗੇ ਜਿੰਨਾ ਕ ਜ਼ਰੂਰੀ ਆ ਇਹਨਾਂ ਨੇਤਾ ਲੋਕਾਂ ਤੋਂ ਸਵਾਲ ਪੁੱਛਣ ਦੇ ਲਈ ਫਿਲਹਾਲ ਮੇਰੇ ਤੋਂ ਸੰਜੀਪ ਜੀ ਨੂੰ ਦਿਓ ਆ ਗਿਆ ਤੇ ਅਸੀਂ ਫਿਰ ਮਿਲਾਂਗੇ ਤਦ ਤੱਕ ਦੇ ਲਈ ਦੇਖਦੇ ਰਹੋ ਪੰਜਾਬ ਮੇ ਰਿਓਸਟੀ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ